ਜਿਹੜੇ ਪਲ ਤੁਹਾਡੇ ਅੰਦਰ ਫਰੀਜ਼ ਹੋਏ ਹੋਏ ਨੇ ਉਹਨਾਂ ਨੂੰ ਤੁਸੀਂ ਕਿਵੇਂ ਅਨਡਨ ਕਰ ਸਕਦੇ ਹੋ। ਤਾਂ ਮੇਰੇ ਬੱਚੇ ਛੋਟੇ ਸੀ ਜਦੋਂ ਮੇਰੇ ਹਸਬੈਂਡ ਦੀ ਡੈਥ ਹੋਈ, ਤਾਂ ਮੈਂ ਬੱਚੇ ਪਾਲੇ ਪੜ੍ਹਾਏ ਵੱਡੇ ਕੀਤੇ। ਜਦੋਂ ਮੈਂ ਆਪਣੀ ਬੇਟੀ ਦੀ ਸ਼ਾਦੀ ਕਰਨ ਲੱਗੀ, ਮੈਂ ਦਰਵਾਜ਼ਾ ਬੰਦ ਕਰਕੇ ਪਹਿਲਾ ਕਾਰਡ ਡਾਕਟਰ ਬ੍ਰਾਂਡ ਨੂੰ ਲਿਖਿਆ ਕਿ ਪੱਲਾ ਫੜਾਉਣ ਜ਼ਰੂਰ ਆ ਜਿਓ। ਮੈਨੂੰ ਪਤਾ ਸੀ ਉਹਨਾਂ ਨੇ ਨਹੀਂ ਆਉਣਾ, ਪਰ ਮਨ ਨੇ ਹਾਕ ਮਾਰੀ। ਜਦੋਂ ਤੁਸੀਂ ਇਸ ਤਰ੍ਹਾਂ ਦੇ ਪਲ ਹੰਢਾਉਂਦੇ ਹੋ, ਤੁਸੀਂ ਉਹਨਾਂ ਨਾਲ ਅਨਡਨ ਨਹੀਂ ਕਰ ਸਕਦੇ। ਹੁਣ ਦੇ ਬੱਚੇ ਕਹਿੰਦੇ ਨੇ ਇਟਸ ਮਾਈ ਓਨ ਲਾਈਫ, ਮੈਂ ਆਪ ਤਜਰਬਾ ਕਰੂੰ ਅਤੇ ਆਪ ਹੀ ਉਸ ਤਜਰਬੇ ਨੂੰ ਅੱਗੇ ਲੈ ਕੇ ਜਾਊਂ। ਉਸੇ ਕਰਕੇ ਉਹਨਾਂ ਨੇ ਨਿਰਾਦਰ ਕਰਨਾ ਸ਼ੁਰੂ ਕਰਤਾ ਕਿ ਹੁਣ ਤੁਹਾਡੇ ਤੋਂ ਲੈਣਾ ਕੀ ਹੈ। ਮੇਰਾ ਬੇਟਾ 2 ਸਾਲ ਦਾ ਸੀ ਜਦੋਂ ਤੋਂ ਮੈਂ ਪਾਲਿਆ, ਪਰ ਜਦੋਂ ਮੈਂ ਕੈਨੇਡਾ ਲਈ ਚੜ੍ਹਾਇਆ, ਤੁਸੀਂ ਸੋਚ ਸਕਦੇ ਹੋ ਕਿ ਉਹ ਮੇਰੇ ਅੰਦਰ ਉਹ ਪਲ ਉਸੇ ਤਰ੍ਹਾਂ ਸਾਕਾਰ ਹੈ, ਫਰੀਜ਼ ਹੋਇਆ ਹੋਇਆ। ਲਾਲ ਪੱਗ ਬੰਨੀ ਸੀ ਇਹਦੇ, ਇਹ ਸ਼ੀਸ਼ੇ ਦੇ ਅੰਦਰ ਸੀ, ਮੈਂ ਸ਼ੀਸ਼ੇ ਦੇ ਬਾਹਰ ਸੀ। ਇਹਨੇ ਜਦੋਂ ਹੱਥ ਖੜਾ ਕੀਤਾ, ਮੈਨੂੰ ਲੱਗਿਆ ਜਿਵੇਂ ਮੈਨੂੰ ਜ਼ਿੰਦਗੀ ਦੂਜੀ ਵਾਰੀ ਠਿੱਠ ਦਿਖਾ ਗਈ। ਕਹਿੰਦੇ ਜਦੋਂ ਕੁੜੀ ਆਪਦੇ ਪੇਕੇ ਘਰ ਆਉਂਦੀ ਹੈ ਨਾ, ਉਹ ਆਪਦੇ ਘਰਦਿਆਂ ਨਾਲ ਗੱਲਾਂ ਕਰਦੀ ਆ, ਆਪਦਾ ਸਾਰਾ ਕੁਛ ਲਾ ਕੇ ਧਰ ਦਿੰਦੀ ਹੈ ਕਿ ਮੈਂ ਆਪਦਾ ਹੀ ਥਕੇਵਾਂ ਲਵਾਉਣ ਆਈ ਹਾਂ ਤੁਹਾਡੇ ਕੋਲ ਆ ਕੇ। ਉਹ ਥਕੇਵਾਂ ਲੈਂਦਾ ਹੀ ਤਾਂ ਹੈ ਜਦੋਂ ਉਸ ਦੇ ਅੰਦਰੋਂ ਇਸ ਤਰ੍ਹਾਂ ਦੀ ਸਾਂਝ ਹਾਮੀ ਭਰਤੀ ਹੈ। CKYR 106.7 ਰੈਡ ਐਫ ਐਮ 'ਤੇ ਪ੍ਰੋਗਰਾਮ ਰੋਸ਼ਨੀ 'ਚ ਆਪਣੇ ਸਾਰੇ ਹੀ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਕੌਰ। ਅੱਜ ਅਸੀਂ ਗੱਲਾਂ ਬਾਤਾਂ ਕਰਨੀਆਂ ਯਾਦਾਂ ਦੇ ਸੰਬੰਧ ਦੇ ਵਿੱਚ, ਮੈਮਰੀਜ਼। ਉਹ ਵਿਅਕਤੀ ਜਿਹੜਾ ਤੁਹਾਡੇ ਨਾਲ ਨਹੀਂ ਵੀ ਹੈ, ਉਹਨੂੰ ਤੁਸੀਂ ਆਪਣੇ ਸਾਹਵੇਂ ਵੇਖਦੇ ਹੋ, ਅਜਿਹੇ ਅਹਿਸਾਸ ਨੇ ਜਿਵੇਂ ਤੁਹਾਡੇ ਮੋਹਰੇ ਹੀ ਤੁਰੇ ਫਿਰਦੇ ਹੋਣ। ਜਿਸ ਥਾਂ ਦੇ ਉੱਤੇ ਹੋ, ਉਸ ਥਾਂ ਦੇ ਉੱਤੇ ਹੁੰਦਿਆਂ ਕਿਸੇ ਹੋਰ ਹੀ ਦੁਨੀਆਂ ਦੇ ਵਿੱਚ ਪਹੁੰਚ ਜਾਂਦੇ ਹੋ, ਅਤੇ ਇਹ ਅਹਿਸਾਸ ਸਾਨੂੰ ਬਹੁਤ ਪਿਆਰਾ ਲੱਗਣ ਲੱਗ ਜਾਂਦਾ। ਬਿਲਕੁਲ, ਪਾਤਰ ਨੇ ਬੜੀ ਖੂਬਸੂਰਤ ਲਾਈਨ ਲਿਖੀ ਹੈ, ਚੱਲ ਪਾਤਰ ਚੱਲ ਢੂੰਡਣ ਚੱਲੀਏ, ਭੁੱਲੀਆਂ ਵਿਸਰੀਆਂ ਥਾਵਾਂ, ਕਿੱਥੇ ਕਿੱਥੇ ਛੱਡ ਆਇਆ ਅਣਲਿਖੀਆਂ ਕਵਿਤਾਵਾਂ। ਸੱਚੀ ਚੰਗਾ ਲੱਗਦਾ ਗੁਰਪ੍ਰੀਤ। ਕਹਿੰਦੇ ਨੇ ਵੀ ਜਦੋਂ ਤੁਸੀਂ ਸਕੂਲ ਦੀਆਂ ਜਮਾਤਾਂ ਸਰ ਕਰ ਲੈਂਦੇ ਹੋ ਨਾ, ਜਿਹੜਾ ਕੁਛ ਚੇਤਿਆਂ 'ਚ ਦਰਜ ਰਹਿ ਜਾਂਦਾ ਉਹ ਯਾਦਾਂ ਨੇ। ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਹੋਏ ਬੀਤੇ ਪਲ, ਆਪਣੇ ਨਾਲ ਨਿਭੀਆਂ ਘਟਨਾਵਾਂ ਹੁਣ ਦੀ ਹਵਾ ਦੇ ਕੋਲ ਲਿਆ ਕੇ ਯਾਦ ਕਰਦੇ ਹਾਂ, ਉਸਨੂੰ ਤਾਜ਼ਾ ਕਰਦੇ ਹਾਂ, ਸੱਜਰਾ ਕਰਦੇ ਹਾਂ, ਤਾਂ ਉਹ ਯਾਦਾਂ ਬਣਦੀਆਂ ਨੇ। ਯਾਦਾਂ ਸਾਡਾ ਸਰਮਾਇਆ ਨੇ, ਸਾਡੀ ਅਮਾਨਤ ਨੇ, ਸਾਡੇ ਹੁਣ ਦੇ ਲੰਘ ਚੱਲੇ ਪਲਾਂ ਵਿੱਚ ਧਰਵਾਸ ਨੇ। ਅਸੀਂ ਜਦੋਂ ਯਾਦਾਂ ਦੇ ਵਿੱਚ ਲੁੜਕ ਜਾਂਦੇ ਹਾਂ ਨਾ, ਤਾਂ ਪੌੜੀ ਤੋਂ ਗੁਲਾਬ ਬਣ ਜਾਂਦੇ ਹਾਂ। ਬੜਾ ਚੰਗਾ ਲੱਗਦਾ ਕਿ ਅਸੀਂ ਯਾਦਾਂ ਦੀ ਬੁੱਕਲ ਵਿੱਚੋਂ ਉਹ ਨਿੱਘ ਮਾਣਦੇ ਹਾਂ ਜਿਹੜਾ ਉਸ ਵੇਲੇ ਆਨੰਦ ਸੀਗਾ। ਇੱਕ ਕੁੜੀ ਦੂਜੀ ਕੁੜੀ ਨਾਲ ਗੱਲ ਕਰ ਰਹੀ ਸੀ, ਕਹਿੰਦੀ ਤੈਨੂੰ ਯਾਦ ਹੈ ਆਪਾਂ ਉਦੋਂ ਕਿੰਨਾ ਹੱਸੇ ਸੀ, ਅਤੇ ਉਸ ਹਾਸੇ ਨੂੰ ਯਾਦ ਕਰਕੇ ਅੱਜ ਮੈਂ ਕਿੰਨਾ ਰੋਈ ਸੀ। ਓਏ ਹੋਏ ਹੋਏ, ਦੇਖੋ ਕਿੰਨਾ ਫਰਕ ਹੈ ਹਾਸੇ ਅਤੇ ਰੋਣੇ ਦੇ ਵਿਚਕਾਰ। ਉਹ ਵਕਤ ਜਿਹੜਾ ਹੈ ਨਾ, ਉਹ ਉਸ ਨੂੰ ਹਾਸੇ ਨੂੰ ਰੋਣੇ 'ਚ ਬਦਲ ਦਿੰਦਾ ਹੈ। ਸੱਚੀ ਗੱਲ ਇਹ ਹੈ, ਕਹਿੰਦੇ ਕਿ ਵੀ ਉਹ ਗੱਲਾਂ ਜਿਨ੍ਹਾਂ 'ਤੇ ਤੁਸੀਂ ਕਦੇ ਰੋਏ ਸੀਗੇ ਅੱਜ ਯਾਦ ਕਰੋਂਗੇ ਤਾਂ ਹੱਸੋਗੇ, ਅਤੇ ਜਿਨ੍ਹਾਂ ਗੱਲਾਂ 'ਤੇ ਬਹੁਤ ਹੱਸੇ ਸੀ ਅੱਜ ਯਾਦ ਕਰੋਂਗੇ ਤਾਂ ਅੱਖਾਂ ਨਮ ਹੋ ਜਾਂਦੀਆਂ। ਬਿਲਕੁਲ ਗੁਰਪ੍ਰੀਤ, ਸਾਡੇ ਅੰਦਰ ਨਾ ਸਾਰਿਆਂ ਦੇ ਅੰਦਰ ਇੰਨੇ ਮੇਲੇ ਲੱਗੇ ਹੁੰਦੇ ਨੇ ਲੋਕਾਂ ਦੇ, ਉਹਨਾਂ ਲੋਕਾਂ ਵਿੱਚ ਕੁਛ ਲੋਕ ਹੁੰਦੇ ਨੇ ਦੁਆਵਾਂ ਵਰਗੇ, ਤੁਹਾਨੂੰ ਐਂ ਲੱਗਦਾ ਵੀ ਰੱਜ ਕੇ ਮਾਣ ਹੀ ਨਹੀਂ ਸਕੇ ਉਹਨਾਂ ਦਾ ਸਾਥ। ਪਤਾ ਨਹੀਂ ਕਿਉਂ ਇੰਨੀ ਛੇਤੀ ਸਮਾਂ ਬੀਤ ਗਿਆ, ਅਸੀਂ ਉਹਨਾਂ ਨੂੰ ਪਾਲਿਆ ਨਹੀਂ, ਆਪਣੇ ਅੰਦਰ ਨਹੀਂ ਨਿਭਾਇਆ। ਪਰ ਕੁਛ ਲੋਕ ਸਜਾਵਾਂ ਵਰਗੇ ਹੁੰਦੇ ਨੇ ਜਿਨ੍ਹਾਂ ਨੂੰ ਸਾਰੀ ਉਮਰ ਭੋਗਣਾ ਵੀ ਪੈਂਦਾ। ਉਹ ਸਾਰਾ ਕੁਛ ਜਦੋਂ ਤੁਸੀਂ ਯਾਦ ਕਰਦੇ ਹੋ, ਤੁਹਾਡੀ ਜ਼ਿੰਦਗੀ 'ਚ ਅਪਸ ਐਂਡ ਡਾਊਨਸ ਆਉਂਦੇ ਨੇ, ਕੁਛ ਪਲ ਹੁੰਦੇ ਨੇ ਬੱਚਿਆਂ ਦੀਆਂ ਆਲੀਆਂ ਭੋਲੀਆਂ ਤੋਤਲੀਆਂ ਗੱਲਾਂ ਵਰਗੇ, ਤੁਹਾਡਾ ਵਾਰੇ ਵਾਰੇ ਜਾਣ ਨੂੰ ਜੀ ਕਰਦਾ ਜਦੋਂ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ। ਕੁਛ ਪਲ ਹੁੰਦੇ ਨੇ ਤੁਹਾਡੀ ਹਿੱਕ 'ਚ ਖੁਬੇ ਖੰਜਰ ਵਰਗੇ, ਜਿਨ੍ਹਾਂ ਦਾ ਮਿਟਾ ਦੇਣ ਨੂੰ ਜੀ ਕਰਦਾ। ਕੁਛ ਪਲ ਹੁੰਦੇ ਨੇ ਜਿਵੇਂ ਸਰੋਵਰ ਦੀਆਂ ਛੱਲਾਂ 'ਤੇ ਲਿਖੀ ਹੋਈ ਇਬਾਰਤ ਵਰਗੇ, ਤੁਹਾਡਾ ਬੁਲਾਰੇ ਜਾਣ ਨੂੰ ਜੀ ਕਰਦਾ। ਇਹ ਸਾਰਾ ਕੁਛ ਤੁਹਾਡੇ ਅੰਦਰ ਇੰਨਾ ਯਾਦ ਰਹਿੰਦਾ, ਇੰਨਾ ਸੱਜਰਾ ਰਹਿੰਦਾ ਕਿ ਤੁਸੀਂ ਕੋਸ਼ਿਸ਼ ਕਰਕੇ ਵੀ ਉਸਨੂੰ ਮਿਟਾ ਨਹੀਂ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਤੁਸੀਂ ਵਰਤਮਾਨ ਦੇ ਵਿੱਚ ਬੜੇ ਰੁੱਝੇ ਹੁੰਦੇ ਹੋ, ਤੁਹਾਨੂੰ ਲੱਗਦਾ ਹੁੰਦਾ ਮੈਂ ਹੁਣ ਬੜਾ ਦੁਖੀ ਹਾਂ ਇਸ ਵੇਲੇ, ਪਰ ਤੁਸੀਂ ਉਸ ਵੇਲੇ ਦੇ ਨੂੰ ਹੀ ਜਦੋਂ ਪਾਸਟ ਵਿੱਚ ਕਰਕੇ ਦੇਖਦੇ ਹੋ, ਅਤੀਤ ਵਿੱਚ ਕਰਕੇ ਦੇਖਦੇ ਹੋ, ਤਾਂ ਤੁਹਾਨੂੰ ਉਹੀ ਗੱਲਾਂ ਯਾਦਾਂ ਦੇ ਵਿੱਚ ਸਮਾ ਜਾਂਦੀਆਂ ਨੇ। ਬੜੇ ਲੋਕ ਨੇ ਗੁਰਪ੍ਰੀਤ, ਤੁਹਾਡੀ ਏਜ ਦੇ ਬੱਚੇ ਜਿਹੜੇ ਨੇ, ਉਹ ਇਹ ਕਹਿੰਦੇ ਨੇ ਕਿ ਵਰਤਮਾਨ 'ਚ ਜਿਉਣਾ ਚਾਹੀਦਾ। ਹਾਂਜੀ, ਅਤੀਤ ਨੂੰ ਕੱਟ ਦਿਓ, ਜਿਹੜਾ ਸਾਡਾ ਤਜਰਬਾ ਹੈ ਉਹ ਤੁਹਾਡੇ ਨਾਲ ਗਿਆ, ਸਾਡਾ ਇਹਦੇ ਨਾਲ ਕੋਈ ਤਲਕ ਨਹੀਂ। ਪਰ ਇਹ ਬਿਲਕੁਲ ਗਲਤ ਗੱਲ ਹੈ। ਇਤਿਹਾਸ ਵਾਰ ਵਾਰ ਆਪਣੇ ਆਪ ਨੂੰ ਦੁਹਰਾਉਂਦਾ ਹੈ, ਇਤਿਹਾਸਕ ਘਟਨਾਵਾਂ ਤੁਹਾਡੇ ਸਮੇਂ ਦੇ ਉੱਤੇ
ਹਿੱਕ ਦੇ ਉੱਤੇ ਪੈੜ ਕਰਕੇ ਲੰਘਦੀਆਂ ਨੇ, ਇਹ ਆਪਣੇ ਸਾਹਮਣੇ ਕਈ ਸਬੂਤ ਨੇ। ਇਹ ਕਹਿ ਦੇਣਾ ਕਿ ਅਸੀਂ ਤੁਹਾਡੇ ਤੋਂ ਕਹਿੰਦੇ ਨੇ, ਰਸੂਲ ਹਮਸਾ ਦੋਸ ਨੇ ਲਿਖਿਆ, ਜੇ ਤੁਸੀਂ ਆਪਣੇ ਅਤੀਤ ਦੇ ਉੱਤੇ ਗੋਲੀ ਚਲਾਓਗੇ ਤੁਹਾਡੀ ਭਵਿੱਖ ਦੇ ਉੱਤੇ ਤੋਪ ਤੋਪ ਨਾਲ ਫੁੰਡੇਗਾ ਜੀ। ਇਹਦਾ ਮਤਲਬ ਸਾਫ ਹੈ ਕਿ ਤੁਸੀਂ ਆਪ ਤੋਂ ਲੰਘੇ ਹੋਏ ਤਜਰਬੇ ਨੂੰ ਜ਼ਰੂਰ ਆਪਣੇ ਨਾਲ ਰੱਖੋ। ਗੁਰਪ੍ਰੀਤ, ਇੱਕ ਬਹੁਤ ਵੱਡਾ ਮਾੜਾ ਰੁਝਾਨ ਇਸ ਥੋਟ ਨੇ ਦਿੱਤਾ ਕਿ ਬਜ਼ੁਰਗਾਂ ਦੀ ਬੇਕਦਰੀ ਹੋਣੀ ਸ਼ੁਰੂ ਹੋ ਗਈ, ਕਿਉਂਕਿ ਉਹਨਾਂ ਦੇ ਤਜਰਬੇ ਨੂੰ ਤਜਰਬਾ ਨਹੀਂ ਮੰਨਿਆ ਜਾਂਦਾ। ਹੁਣ ਦੇ ਬੱਚੇ ਕਹਿੰਦੇ ਨੇ, ਇਟਸ ਮਾਈ ਓਨ ਲਾਈਫ, ਮੈਂ ਆਪ ਤਜਰਬਾ ਕਰੂੰ ਅਤੇ ਆਪ ਹੀ ਉਸ ਤਜਰਬੇ ਨੂੰ ਅੱਗੇ ਲੈ ਕੇ ਜਾਊਂ। ਉਸੇ ਕਰਕੇ ਉਹਨਾਂ ਨੇ ਨਿਰਾਦਰ ਕਰਨਾ ਸ਼ੁਰੂ ਕਰਤਾ ਕਿ ਹੁਣ ਤੁਹਾਡੇ ਤੋਂ ਲੈਣਾ ਕੀ ਹੈ, ਅਸੀਂ ਤਾਂ ਚਲਦੀ ਦਾ ਨਾਮ ਗੱਡੀ ਰੱਖਿਆ ਹੋਇਆ, ਜਿਹੜੀ ਚੀਜ਼ ਨਹੀਂ ਚੱਲਦੀ ਬੇਕਾਰ ਹੈ। ਇੱਥੇ ਤਾਂ ਲੋਕ ਬਾਹਰ ਚੀਜ਼ਾਂ ਰੱਖ ਦਿੰਦੇ ਨੇ ਵੀ ਹੁਣ ਨਵੇਂ ਸਟਾਈਲ ਦੀ ਚੀਜ਼ ਆ ਗਈ, ਪੁਰਾਣੀ ਨੂੰ ਬਾਹਰ ਰੱਖ ਦਿਓ, ਚਾਹੇ ਟੈਗ ਹੀ ਲੱਗਿਆ ਹੋਵੇ ਉਹਨੂੰ ਬਾਹਰ ਰੱਖ ਦਿੰਦੇ ਨੇ। ਪਰ ਇਹ ਚੀਜ਼ ਸਾਨੂੰ ਗਵਾਰਾ ਨਹੀਂ, ਅਸੀਂ ਉਸ ਇਤਿਹਾਸ ਨੂੰ ਆਪਣੇ ਨਾਲ ਲੈ ਕੇ ਤੁਰਨਾ ਚਾਹੁੰਦੇ ਹਾਂ। ਅਫਸੋਸ ਦੀ ਗੱਲ ਹੈ ਕਿ ਇੱਕ ਸਦੀ ਦੇ ਵਿੱਚ ਮੇਰੇ ਪੰਜਾਬ ਦੇ ਬੱਚੇ ਜਿਹੜੇ ਕਦੇ ਸ਼ੇਰੇ ਪੰਜਾਬ ਹੁੰਦੇ ਸੀ ਹਾਜ਼ਰ ਜਨਾਬ ਹੋ ਗਏ। ਕਿਉਂ? ਕਿਉਂਕਿ ਤਜਰਬਾ ਹਾਸਲ ਨਹੀਂ ਕੀਤਾ। ਗੁਰਪ੍ਰੀਤ, ਆਪਾਂ ਗੁਰਦੁਆਰਿਆਂ ਦੇ ਵਿੱਚ ਨਾ ਅਰਦਾਸ ਸੁਣਦੇ ਹਾਂ। ਪਹਿਲਾਂ ਦਸਾਂ ਗੁਰੂਆਂ ਦੇ ਨਾਮ, ਚਾਰੇ ਸਾਹਿਬਜ਼ਾਦੇ, ਪੰਜ ਪਿਆਰੇ, ਹੱਟੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਜੀ, ਇਹ ਸੁਣਦੇ ਹਾਂ ਰੋਜ਼ ਅਰਦਾਸ 'ਚ ਸੁਣਦੇ ਹਾਂ। ਇਹ ਆਪਣਾ ਇਤਿਹਾਸ ਹੈ, ਇਸ ਇਤਿਹਾਸ ਨੇ ਆਪਣੀ ਪਿੱਠ ਦੇ ਉੱਤੇ ਥਾਪੜਾ ਦਿੱਤਾ ਕਿ ਇੰਨਾ ਕੁਛ ਹੋਇਆ ਤੁਹਾਡੇ ਨਾਲ, ਅਤੇ ਸਾਰਾ ਕੁਛ ਕਰਕੇ ਆਪਾਂ ਇਸ ਵੇਲੇ ਸਰਬੱਤ ਦੇ ਭਲੇ ਤੱਕ ਪਹੁੰਚਣਾ। ਦੇਖੋ ਐਂਡ ਕਿੱਥੇ ਹੁੰਦਾ, ਸਟਾਰਟ ਇਤਿਹਾਸ ਤੋਂ ਹੁੰਦਾ, ਆਪਾਂ ਉਸ ਇਤਿਹਾਸ 'ਤੇ ਕਟਾ ਕਿਵੇਂ ਮਾਰ ਸਕਦੇ ਹਾਂ। ਅਗਲੀ ਗੱਲ, ਹੁਣ ਮੈਂ ਕਈ ਵਾਰ ਸੋਚਦੀ ਹੁੰਦੀ ਹਾਂ, ਇੱਥੇ ਬੱਚੇ ਆਉਂਦੇ ਨੇ, ਹੈ ਨਾ, ਬੱਚੇ ਜਿਹੜੇ ਇੰਡੀਆ ਤੋਂ ਆਉਂਦੇ ਨੇ, ਅੱਲੜ ਉਮਰ ਦੇ ਬੱਚੇ ਨੇ, ਉਹਨਾਂ ਦਾ ਦੁੱਖ ਕਈ ਵਾਰੀ ਤੁਹਾਡੇ ਦਿਲ 'ਚ ਆਉਂਦਾ ਵੀ ਇਹਨਾਂ ਨੂੰ ਕਿੰਨਾ ਦੁੱਖ ਹੋ ਰਿਹਾ ਹੋਣਾ। ਜਦੋਂ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਵਗਦੇ ਨੇ ਨਾ, ਉਹ ਹੰਝੂ ਉਹਨਾਂ ਦੀਆਂ ਯਾਦਾਂ ਪਿਘਲਾਉਂਦੇ ਨੇ। ਉਹ ਕਹਿੰਦੇ, ਜਿੱਥੇ ਸੁਪਨੇ ਕਈ ਬਣਾਏ ਸੀ, ਅੱਜ ਆਪੋ ਸੁਪਨਾ ਹੋ ਗਿਆ, ਅੰਬੜੀ ਦਾ ਵਿਹੜਾ। ਉਹਨਾਂ ਨੂੰ ਅੰਬੜੀ ਦਾ ਵਿਹੜਾ ਯਾਦ ਆਉਂਦਾ ਜਦੋਂ ਆਪ ਹੱਥੀਂ ਰੋਟੀਆਂ ਪਕਾਉਣੀਆਂ ਪੈਂਦੀਆਂ ਨੇ, ਕੰਮ ਕਰਨਾ ਪੈਂਦਾ, ਹਾਰਡ ਲਾਈਫ ਹੈ। ਇਹ ਠੀਕ ਹੈ ਕਿ ਹਾਰਡ ਲਾਈਫ 'ਚੋਂ ਨਿਕਲ ਕੇ ਉਹ ਕਦੇ ਨਾ ਕਦੇ ਬੰਦੇ ਬਣ ਜਾਣਗੇ, ਸਭ ਕੁਛ ਪ੍ਰਾਪਤ ਕਰ ਲੈਣਗੇ, ਪਰ ਜੋ ਕੁਛ ਅੱਜ ਕੱਲ੍ਹ ਉਹਨਾਂ ਦੇ ਨਾਲ ਹੋ ਰਿਹਾ, ਜੇ ਆਪਾਂ ਉਹਨਾਂ ਦੀ ਥਾਂ 'ਤੇ ਖੜ ਕੇ ਦੇਖੀਏ ਤਾਂ ਬਹੁਤ ਸ਼ਿੱਦਤ ਨਾਲ ਮਹਿਸੂਸ ਹੁੰਦਾ। ਇਸ ਕਰਕੇ ਆਪਾਂ ਕਾਟਾ ਨਹੀਂ ਮਾਰ ਸਕਦੇ। ਮੈਡਮ, ਤੁਹਾਡੀ ਬਹੁਤ ਸੋਹਣੀ ਗੱਲ, ਮੈਂ ਇੱਕ ਥਾਂ ਪੜ੍ਹਿਆ ਸੀਗਾ, ਕਹਿੰਦੇ ਕਿ ਵੀ ਇਨਸਾਨ ਦੇ ਅੰਦਰ ਨਾ ਸਿੱਲ ਬਣ ਜਾਂਦੀ ਹੈ, ਉਹ ਜੰਮ ਜਾਂਦੀ ਹੈ, ਬਰਫ਼ ਜਿਵੇਂ ਬਹੁਤ ਹੀ ਜ਼ਿਆਦਾ ਸਖਤ ਬਣ ਜਾਂਦੀ ਹੈ ਨਾ, ਉਹ ਪਿਘਲਦੀ ਹੈ ਸਾਹਿਤ ਦੇ ਨਾਲ, ਉਹ ਪਿਘਲਦੀ ਹੈ ਸਿਆਣਿਆਂ ਦੀਆਂ ਗੱਲਾਂ ਸੁਣ ਕੇ, ਕਿਸੇ ਕੋਲੋਂ ਸਿੱਖ ਕੇ, ਅਤੇ ਇਹ ਜਿਹੜੀ ਸਿੱਲ ਬਣ ਗਈ ਅੰਦਰ, ਉਹ ਪਿਘਲਣ ਦਾ ਮੌਕਾ ਨਹੀਂ ਦੇ ਰਹੇ। ਜਿਹੜੀ ਤੁਸੀਂ ਗੱਲ ਕਹੀ ਕਿ ਲਿਵ ਇਨ ਦਾ ਮੂਮੈਂਟ, ਲਿਵ ਫੋਰ ਦਾ ਪ੍ਰੈਜੈਂਟ, ਉਹਦੇ ਬਾਰੇ ਨਾ ਸੋਚੋ, ਖਿਆਲ ਨਾ ਕਰੋ ਪਾਸਟ ਦੇ ਬਾਰੇ, ਅੱਗੇ ਫਿਊਚਰ ਦੇ ਬਾਰੇ ਵੀ ਸੋਚਣ ਦੀ ਲੋੜ ਨਹੀਂ, ਪ੍ਰੈਜੈਂਟ ਦੇ ਬਾਰੇ ਸੋਚੋ, ਲਿਵ ਫੋਰ ਦਾ ਮੂਮੈਂਟ ਓਨਲੀ। ਬਿਲਕੁਲ, ਪਰ ਗੁਰਪ੍ਰੀਤ, ਇਹ ਕਿਵੇਂ ਹੋ ਸਕਦਾ ਕਿ ਜਿਹੜੇ ਪਲ ਤੁਹਾਡੇ ਅੰਦਰ ਫਰੀਜ਼ ਹੋਏ ਹੋਏ ਨੇ, ਮੈਂ ਮਾਫ਼ੀ ਮੰਗਦੀ ਹਾਂ ਇਸ ਗੱਲ ਦੀ ਕਿ ਮੈਂ ਨਿੱਜੀ ਗੱਲ ਕਰਨ ਲੱਗੀ ਹਾਂ, ਜਿਹੜੇ ਪਲ ਤੁਹਾਡੇ ਅੰਦਰ ਫਰੀਜ਼ ਹੋਏ ਹੋਏ ਨੇ, ਉਹਨਾਂ ਨੂੰ ਤੁਸੀਂ ਕਿਵੇਂ ਅਨਡਨ ਕਰ ਸਕਦੇ ਹੋ? ਮੈਂ ਗੁਰਪ੍ਰੀਤ, ਬਹੁਤ ਮੇਰੇ ਬੱਚੇ ਛੋਟੇ ਸੀ ਜਦੋਂ ਮੇਰੇ ਹਸਬੈਂਡ ਦੀ ਡੈਥ ਹੋਈ, ਤਾਂ ਮੈਂ ਬੱਚੇ ਪਾਲੇ, ਪੜ੍ਹਾਏ, ਵੱਡੇ ਕੀਤੇ। ਜਦੋਂ ਮੈਂ ਆਪਦੀ ਬੇਟੀ ਦੀ ਸ਼ਾਦੀ ਕਰਨ ਲੱਗੀ, ਮੈਂ ਦਰਵਾਜ਼ਾ ਬੰਦ ਕਰਕੇ ਪਹਿਲਾ ਕਾਰਡ ਡਾਕਟਰ ਬਰਾੜ ਨੂੰ ਲਿਖਿਆ ਕਿ ਪੱਲਾ ਫੜਾਉਣ ਜ਼ਰੂਰ ਆ ਜਿਓ। ਮੈਨੂੰ ਪਤਾ ਸੀ ਉਹਨਾਂ ਨੇ ਨਹੀਂ ਆਉਣਾ, ਪਰ ਮਨ ਨੇ ਹਾਕ ਮਾਰੀ, ਜਦੋਂ ਤੁਸੀਂ ਇਸ ਤਰ੍ਹਾਂ ਦੇ ਪਲ ਹੰਢਾਉਂਦੇ ਹੋ, ਤੁਸੀਂ ਉਹਨਾਂ ਨਾਲ ਅਨਡਨ ਨਹੀਂ ਕਰ ਸਕਦੇ। ਮੈਨੂੰ ਤਾਂ ਹੁਣ ਇਹ ਜਿਹਾ ਲੱਗਦਾ ਵੀ ਜਦੋਂ ਮੈਂ ਸਿਵੇ 'ਚ ਵੜ ਗਈ ਨਾ, ਤਾਂ ਮੇਰੇ ਉੱਤੇ ਲਿਖਿਆ ਹੋਊਗਾ ਕਿ ਪਲ ਮੇਰੇ ਨਾਲ ਨੇ। ਤੁਸੀਂ ਉਹਨਾਂ ਨੂੰ ਫਰੀਜ਼ ਕੀਤੇ ਹੋਏ ਪਲਾਂ ਨੂੰ ਅੰਦਰੋਂ ਨਹੀਂ ਪਿਘਲਾ ਸਕਦੇ। ਹਰ ਇੱਕ ਬੰਦੇ ਕੋਲ ਹੋਣਗੇ, ਜਿਹੜਾ ਵੀ ਥੋੜ੍ਹਾ ਬਹੁਤਾ ਸੈਂਸਿਟੀਵਿਟੀ ਰੱਖਦਾ, ਕਿਵੇਂ ਉਹ ਆਪਣੇ ਅੰਦਰੋਂ ਕੱਟ ਸਕਦਾ ਹੈ ਸਾਰਾ ਕੁਛ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਮੈਂ ਤਾਂ ਪਾਸਟ ਨੂੰ ਕੱਟ ਕਰਤਾ, ਮੈਨੂੰ ਲੱਗਦਾ ਉਹ ਮਸ਼ੀਨ ਨੇ, ਉਹ ਬੰਦੇ ਤਾਂ ਨਹੀਂ ਖੜ੍ਹ। ਕਿਉਂਕਿ ਤੁਹਾਡੀਆਂ ਸੋਚਾਂ ਦੇ ਵਿੱਚ ਉਹ ਪਲ ਜਿਹੜੇ ਨੇ ਨਾ, ਉਹ ਗਵਾਹੀ ਭਰਦੇ ਨੇ ਕਿ ਇਸ ਨੇ ਤੇਰੀ ਜ਼ਿੰਦਗੀ ਦੇ ਵਿੱਚ ਐਸਾ ਮੋੜ ਕੱਟ ਦਿੱਤਾ ਸੀ। ਮੇਰਾ ਬੇਟਾ 2 ਸਾਲ ਦਾ ਸੀ ਜਦੋਂ ਤੋਂ ਮੈਂ ਪਾਲਿਆ, ਪਰ ਜਦੋਂ ਮੈਂ ਕੈਨੇਡਾ ਲਈ ਚੜ੍ਹਾਇਆ, ਤੁਸੀਂ ਸੋਚ ਸਕਦੇ ਹੋ ਕਿ ਉਹ ਮੇਰੇ ਅੰਦਰ ਉਹ ਪਲ ਉਸੇ ਤਰ੍ਹਾਂ ਸਾਕਾਰ ਹੈ, ਫਰੀਜ਼ ਹੋਇਆ ਹੋਇਆ। ਲਾਲ ਪੱਗ ਬੰਨੀ ਸੀ ਇਹਦੇ, ਇਹ ਸ਼ੀਸ਼ੇ ਦੇ ਅੰਦਰ ਸੀ, ਮੈਂ ਸ਼ੀਸ਼ੇ ਦੇ ਬਾਹਰ ਸੀ। ਇਹਨੇ ਜਦੋਂ ਹੱਥ ਖੜ੍ਹਾ ਕੀਤਾ
ਮੈਨੂੰ ਲੱਗਿਆ ਜਿਵੇਂ ਮੈਨੂੰ ਜ਼ਿੰਦਗੀ ਦੂਜੀ ਵਾਰੀ ਠਿੱਠ ਦਿਖਾ ਗਈ ਕਿ ਮੈਂ ਅੱਜ ਬਿਲਕੁਲ ਅਲੋਨ ਹਾਂ। ਤੁਸੀਂ ਇੰਨੇ ਵਰਿਆਂ ਦਾ ਸਾਥ ਆਪਣੇ ਅੰਦਰੋਂ ਕਿਵੇਂ ਕੱਢ ਸਕਦੇ ਹੋ? ਮੈਂ ਬੱਚੇ ਦੇ ਨਾਲ ਰਹਿ ਰਹੀ ਹਾਂ ਹੁਣ, ਪਰ ਫਿਰ ਵੀ ਮੈਨੂੰ ਉਹ ਪਲ, ਮੈਂ ਆਪਦੇ ਮੁੰਡੇ ਦੇ ਦੋਸਤਾਂ ਦੇ ਗੜ ਲਾ ਕੇ ਜਿਹੜੀਆਂ ਚੀਕਾਂ ਮਾਰੀਆਂ, ਮੈਨੂੰ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਇਹੋ ਜਿਹੀ ਕੀ ਗੱਲ ਹੋ ਗਈ, ਪਰ ਮੈਨੂੰ ਪਤਾ ਸੀ ਨਾ। ਤੁਸੀਂ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਆਪਦੇ ਅੰਦਰੋਂ ਕਿਵੇਂ ਕੱਢ ਸਕਦੇ ਹੋ? ਇਹ ਠੀਕ ਹੈ ਕਿ ਇਹ ਉਹ ਪਲ ਨੇ ਜਿਹੜੇ ਮੇਰੇ ਅੰਦਰ ਫਰੀਜ਼ ਹੋਏ ਹੋਏ ਨੇ, ਜਿਹੜੇ ਮੇਰੇ ਅੰਦਰ ਖੰਜਰ ਵਾਂਗੂ ਨੇ, ਪਰ ਇਹ ਮਨ ਦੀ ਚਿੱਪਰ ਲਾ ਦਿੰਦੇ ਨੇ ਜਿਹੜੀ ਕਦੇ ਵੀ ਭਰੀ ਨਹੀਂ ਜਾਣੀ। ਇੱਕ ਵਾਰੀ ਆਪਾਂ ਨੇ ਗੱਲ ਕੀਤੀ ਸੀ ਗੁਰਪ੍ਰੀਤ, ਇੱਥੇ ਹੀ ਗੱਲ ਕੀਤੀ ਸੀ ਕਿ ਟ੍ਰੈਜਡੀ ਦੇ ਬਾਰੇ ਕਿਵੇਂ ਹੁੰਦਾ। ਜਦੋਂ ਇੱਥੇ ਲੋਕਾਂ ਨੇ ਗੱਲ ਨਹੀਂ ਕੀਤੀ, ਪਰ ਜਦੋਂ ਮੈਂ ਘਰ ਚਲੀ ਗਈ, ਮੈਨੂੰ ਹਰ ਇੱਕ ਸੀਨੇ ਦੇ ਵਿੱਚ ਛੱਪੀ ਹੋਈ ਉਹ ਸਟੋਰੀ ਫੋਨ ਨਾਲ ਮੇਰੇ ਤੱਕ ਪਹੁੰਚੀ ਕਿ ਜਦੋਂ ਮੇਰੀ ਮਾਂ ਮਰੀ ਸੀ, ਜਦੋਂ ਮੇਰਾ ਪਿਤਾ ਪੁਰਖ ਹੋਇਆ ਸੀ, ਜਦੋਂ ਮੇਰੇ ਨਾਲ ਇਹ ਗੱਲ ਹੋਈ ਸੀ, ਤਾਂ ਉਹਨਾਂ ਸਾਰਿਆਂ ਨੇ ਮੇਰੇ ਨਾਲ ਸਾਂਝੀ ਕੀਤੀ। ਮੈਨੂੰ ਲੱਗਾ ਕਿ ਹਰ ਸੀਨੇ ਦੇ ਅੰਦਰ ਇੱਕ ਸੇਵਾ ਸੁਲਗਦਾ ਜਿਹਦੇ ਤੋਂ ਅੰਡਾ ਨਹੀਂ ਕੀਤਾ ਜਾ ਸਕਦਾ। ਬਿਲਕੁਲ ਠੀਕ ਹੈ। ਕੁਛ ਯਾਦਾਂ ਪਿਆਰੀਆਂ, ਮਿੱਠੀਆਂ, ਅਜ਼ੀਜ਼, ਬਹੁਤ ਹੀ ਸੋਹਣੀਆਂ, ਅਤੇ ਕੁਛ ਯਾਦਾਂ ਜਿਹੜੀਆਂ ਕੁੜੱਤਣ ਭਰੀਆਂ, ਕੌੜੀਆਂ, ਖੱਟੀਆਂ, ਅਜਿਹਾ ਅਹਿਸਾਸ ਵੀ ਦੇ ਜਾਂਦੀਆਂ ਨੇ। ਅਤੇ ਇਹ ਰਲੇਵਾਂ ਜਿਹੜਾ ਆ ਉਹ ਸਾਡੇ ਸ਼ਖਸੀਅਤ ਦਾ ਨਿਰਮਾਣ ਕਰਦਾ ਆ। ਬਿਲਕੁਲ ਬਿਲਕੁਲ ਕਰਦਾ ਗੁਰਪ੍ਰੀਤ। ਤੁਹਾਡੀ ਸ਼ਖਸੀਅਤ ਦੇ ਵਿੱਚ ਅਪਸ ਐਂਡ ਡਾਊਨਸ ਹੈ ਨਾ, ਦੋਨੇ ਚੀਜ਼ਾਂ ਹੁੰਦੀਆਂ ਨੇ, ਪਰ ਤੁਸੀਂ ਭੁਲਾ ਦੋਨਾਂ ਨੂੰ ਹੀ ਨਹੀਂ ਸਕਦੇ, ਦੋਨੇ ਤੁਹਾਡੇ ਸਾਹਮਣੇ ਹੁੰਦੀਆਂ ਨੇ। ਤੁਸੀਂ ਉਹਨਾਂ ਪਲਾਂ ਨੂੰ ਖੁਸ਼ਗਵਾਰ ਸਮਝਦੇ ਹੋ ਜਿਹੜੇ ਲੰਘ ਚੁੱਕੇ ਨੇ। ਤੁਸੀਂ ਉਹਨਾਂ ਦੀਆਂ ਬੁੱਕਲਾਂ ਵਿੱਚ ਜਾ ਕੇ ਕੋਸ਼ਿਸ਼ ਕਰਦੇ ਹੋ ਕਿ ਉਹ ਵੇਲਾ ਸੀ ਨਾ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਜਦੋਂ ਅਸੀਂ ਬਚਪਨ 'ਚ ਆਹ ਗੱਲ ਕਰਦੇ ਹੁੰਦੇ ਸੀ, ਚਾਹੇ ਯਾਦ ਸਤਾਵੇ ਪਿੰਡ ਦੀਆਂ ਗਲੀਆਂ। ਬਿਲਕੁਲ ਬਿਲਕੁਲ, ਤੁਹਾਨੂੰ ਉਹੀ ਗੱਲ ਯਾਦ ਆਉਂਦੀ ਹੈ ਵੀ ਜਦੋਂ ਜਵਾਨੀ ਵੀ ਵੇਲਾ ਸੀ ਨਾ, ਜਦੋਂ ਗੋਲਡਨ ਪੀਰੀਅਡ ਆਫ ਲਾਈਫ ਸੀ, ਸਾਡੀ ਸਟੂਡੈਂਟ ਲਾਈਫ ਸੀ, ਉਹ ਇੰਨੀ ਵਧੀਆ ਸੀ ਕਿ ਸਾਡੇ ਤੋਂ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਸੀ, ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਹੈ ਨਹੀਂ ਸੀ। ਹੁਣ ਇੱਥੇ ਹੈ ਨਾ, ਕੰਮ 'ਤੇ ਜਾਣਾ, ਕੰਮ ਤੋਂ ਆਉਣਾ, ਕੰਮ ਕਰਨਾ, ਘਰ ਆ ਕੇ ਫਿਰ ਉਸੇ ਤਰ੍ਹਾਂ ਬਿਜ਼ੀ। ਅਤੇ ਜਿਹੜੇ ਨਾ ਬੜੀ ਖੂਬਸੂਰਤ ਗੱਲ ਫਿਰ ਮੈਂ ਦੁਬਾਰਾ ਤੋਂ ਪਾਤਰ ਦੀ ਕਰਨ ਲੱਗੀ ਹਾਂ, ਉਹ ਕਹਿੰਦਾ ਲੋਕਾਂ ਦੇ ਝੁੰਡ ਵਿੱਚ ਜਦੋਂ ਸੱਚ ਬੋਲ ਕੇ ਮੈਂ ਇਕੱਲਾ ਰਹਿ ਗਿਆ, ਸਤਿਗੁਰਾਂ ਨੂੰ ਯਾਦ ਕੀਤਾ, ਮੈਂ 1.25 ਲੱਖ ਹੋ ਗਿਆ ਜੀ। ਉਹ ਜਿਹੜਾ ਬੰਦਾ 1.25 ਲੱਖ ਹੋ ਜਾਂਦਾ ਯਾਦ ਦੇ ਕੋਲ ਜਾ ਕੇ, ਕਹਿੰਦੇ ਜਦੋਂ ਅਸੀਂ ਯਾਦਾਂ ਕੋਲ ਜਾਂਦੇ ਹਾਂ, ਅਸੀਂ ਉਹ ਆਨੰਦ ਨੂੰ ਸਾਂਭਦੇ ਹਾਂ ਜਿਹੜਾ ਸਾਡੇ ਸੀਨੇ ਵਿੱਚੋਂ ਦੀ ਰਾਹ ਕਰਕੇ ਗੁਜ਼ਰਦਾ। ਕਿੰਨੀ ਖੂਬਸੂਰਤ ਗੱਲ ਹੈ ਜੀ। ਇਸੇ ਕਰਕੇ ਕਹਿੰਦੇ ਵੀ ਉਹ ਤਾਂ ਟਾਈਮ ਵਾਪਸ ਨਹੀਂ ਆਉਂਦਾ, ਕਹਿੰਦੇ ਗੁਜ਼ਰਾ ਹੁਆ ਜ਼ਮਾਨਾ ਨਹੀਂ ਆਤਾ, ਆਤੇ ਤੋਂ ਹੈ ਨਏ ਲੋਕ, ਪੁਰਾਣਾ ਕੋਈ ਨਹੀਂ ਆਤਾ। ਵਾਹ, ਬਹੁਤ ਖੂਬ। ਇਹ ਹੈ ਕਿ ਹਰ ਕਿਸੇ ਦਾ ਨਿੱਜੀ ਤਜਰਬਾ ਹੁੰਦਾ, ਹਾਂਜੀ ਹਾਂਜੀ, ਪਰ ਮੈਂ ਇਹ ਅਹਿਸਾਸ ਕਰਦੀ ਹੁੰਦੀ ਕਿ ਜਦੋਂ ਯਾਦਾਂ ਦੀ ਗੱਲ ਹੈ ਨਾ, ਤਾਂ ਅਸੀਂ ਜਿਹੜੇ ਪਲਾਂ ਨੂੰ, ਆ ਜਿਹੜਾ ਹੁਣ ਦਾ ਸਮਾਂ ਵੀ ਹੈ, ਇਹ ਸਾਡਾ ਯਾਦਾਂ ਬਣ ਜਾਣ। ਬਿਲਕੁਲ, ਉਹ ਜਿਹੜਾ ਅਤੀਤ ਦੇ ਵਿੱਚ ਜਿਹੜੇ ਸਮੇਂ ਨੂੰ ਅਸੀਂ ਸਾਰੀਆਂ ਆਪਣੀਆਂ ਗਿਆਨ ਇੰਦਰੀਆਂ ਦਾ ਧਿਆਨ ਤੇ ਸ਼ਕਤੀ ਪ੍ਰਦਾਨ ਕੀਤੀ ਹੋਵੇ ਉਸ ਪਲ ਨੂੰ, ਉਸ ਵਿਅਕਤੀ ਨੂੰ, ਉਹ ਸਾਨੂੰ ਬਹੁਤ ਸੋਹਣੇ ਤਰੀਕੇ ਨਾਲ ਚੇਤੇ ਰਹਿ ਜਾਂਦੀਆਂ। ਊਂ ਤਾਂ ਅਸੀਂ ਹੁਣ ਤਾਂ ਹੀ ਕਿੰਨੇ ਸਾਲ ਬਿਤਾ ਲਏ ਜ਼ਿੰਦਗੀ ਦੇ, ਪਰ ਯਾਦ ਕੀ ਰਹਿੰਦਾ ਸਾਨੂੰ। ਬਿਲਕੁਲ ਬਿਲਕੁਲ, ਦੁਸ਼ਮਣਾਂ ਦੇ ਜਦ ਗਲੇ ਲੱਗਣਾ ਪਿਆ, ਦੋਸਤਾਂ ਨੂੰ ਸਾਰਿਆਂ ਨੂੰ ਯਾਦ ਕੀਤਾ ਗਿਆ। ਜਦੋਂ ਤੁਹਾਡੇ ਹਾਲਾਤ ਬਦਲਦੇ ਨੇ ਨਾ, ਉਹ ਹਾਲਾਤ ਤੁਹਾਨੂੰ ਜਿਹੜੇ ਸੁਖਦ ਪਲ ਨੇ ਉਹਨਾਂ ਨੂੰ ਸਾਹਮਣੇ ਲਿਆ ਦਿੰਦੇ ਨੇ ਵੀ ਤੁਸੀਂ ਉਸ ਵੇਲੇ ਇਹ ਕੀਤਾ ਸੀ, ਜੇ ਅੱਜ ਉਹ ਹੁੰਦੇ ਹੈ, ਅਗਰ ਤੁਮ ਹੋਤੇ ਤੋ ਕਿਆ ਹੋਤਾ ਜੀ। ਤੁਸੀਂ ਉਹਨੂੰ ਵਾਰ ਵਾਰ ਉਸ ਸਿਚੁਏਸ਼ਨ 'ਚ ਪਾ ਪਾ ਕੇ ਦੇਖਦੇ ਹੋ ਕਿ ਜੇ ਇਸ ਤਰ੍ਹਾਂ ਹੋਵੇ ਤਾਂ ਕੀ ਹੋਵੇ। ਜਿੰਨਾ ਵੀ ਗੁਜ਼ਰਿਆ ਹੋਇਆ ਜ਼ਮਾਨਾ ਹੈ ਨਾ, ਉਹ ਤੁਹਾਡੇ ਅੰਦਰ ਖੂਬਸੂਰਤੀ ਭਰਦਾ, ਚੰਗੀਆਂ ਗੱਲਾਂ ਭਰਦਾ। ਕਿ ਜਦੋਂ ਤੁਹਾਡੇ ਬੱਚੇ ਨਿੱਕੇ ਨਿੱਕੇ ਸੀ, ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਸੀ। ਜਦੋਂ ਤੁਸੀਂ ਮੰਜੇ 'ਤੇ ਪਏ ਆਲੇ ਭੋਲੇ ਬੱਚੇ ਨੂੰ ਦੇਖਦੇ ਹੋ ਨਾ, ਉਹ ਲੱਤੜੀਆਂ ਜਿਹੀਆਂ ਮਾਰਦਾ, ਗੋਬਲਾ ਜਿਹਾ ਲੱਗਦਾ, ਉਹ ਤੁਹਾਨੂੰ ਲੱਗਦਾ ਵੀ ਇੱਡਾ ਹੀ ਰਹੇ ਬਸ ਫੇਰ। ਜਦੋਂ ਵੱਡਾ ਹੋ ਗਿਆ ਤਾਂ ਇਹ ਸਾਡੇ ਨਾਲ ਗੱਲਾਂ ਹੋਰ ਤਰ੍ਹਾਂ ਕਰੂਗਾ। ਉਹ ਤੁਹਾਡੇ ਜੀ ਕਰਦਾ ਵੀ ਸਮਾਂ ਇੱਥੇ ਖੜ ਜੇ, ਸਮੇਂ ਨੂੰ ਅੱਗੇ ਨਹੀਂ ਲੰਘਣਾ ਚਾਹੀਦਾ, ਪਰ ਸਮਾਂ ਕਿ ਚੱਕਵੇਂ ਪੈਰੀਂ ਤੁਰਿਆ ਜਾਂਦਾ, ਇਹਨੇ ਤਾਂ ਖੜਨਾ ਨਹੀਂ, ਇਹਨੇ ਤਾਂ ਆਪਣੀ ਆਪਣੇ ਹੋਂਦ ਨਾਲ, ਆਪਣੀ ਪਰਤ ਨਾਲ ਸਾਡੀ ਸ਼ਕਲ ਵੀ ਬਦਲ ਦੇਣੀ ਹੈ, ਸਾਡੇ ਹਾਲਾਤ ਵੀ ਬਦਲ ਦੇਣੇ ਨੇ, ਅਤੇ ਅਸੀਂ ਨਵੇਂ ਤਰੀਕੇ ਦਾ ਹੋਰ ਤਰ੍ਹਾਂ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਣੀ ਹੈ ਜੀ। ਡਾਕਟਰ ਬ੍ਰਾੜ, ਜਿਵੇਂ ਮੈਂ ਕਿਹਾ ਕਿ ਵਿਅਕਤੀਗਤ ਤੌਰ ਦੇ ਉੱਤੇ ਹਰ ਕੋਈ ਹੰਢਾਉਂਦਾ ਹੈ ਇਹਨਾਂ ਪਲਾਂ ਨੂੰ, ਹੁਣ ਤੁਸੀਂ ਇਹ ਦੇਖੋ ਕਿ ਇੱਕ ਜਿਹੜਾ ਕੋਈ ਅਲਵਿਦਾ ਕਹਿ ਗਿਆ ਹੋਵੇ, ਜਿਹੜਾ
ਕੋਈ ਅਜਿਹਾ ਸ਼ਖਸ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਪਿਆਰ ਮਿਲਿਆ ਅਤੇ ਪਿਆਰ ਦਿੱਤਾ ਵੀ ਹੋਊਗਾ ਪਰ ਉਹ ਵਿਛੋੜਾ ਪੈ ਗਿਆ ਹੋਵੇ ਉਹਨੂੰ ਯਾਦ ਕਰਦਿਆਂ ਇੱਕ ਕਹੂਗਾ ਕਿ ਜਿੰਦ ਰੋਵੇ ਰੂਹ ਕੁਰਲਾਵੇ ਤੂੰ ਵਾਪਸ ਨਾ ਆਈ ਅਤੇ ਦੂਸਰਾ ਜਿਹੜਾ ਉਹ ਕਹੇ ਕਿ ਮੈਨੂੰ ਤੇਰੀ ਯਾਦ ਜਿਹੜੀ ਹੈ ਉਹ ਜਿਵੇਂ ਅਗਰਬੱਤੀ ਦੀ ਮਹਿਕ ਹੈ ਨਾ ਹੁੰਦਿਆਂ ਵੀ ਆਉਂਦੀ ਹੈ ਅਤੇ ਬਹੁਤ ਖੂਬਸੂਰਤ ਅਹਿਸਾਸ ਦੇ ਜਾਂਦੀ ਹੈ ਇਹ ਦੇਖੋ ਕਿੰਨੇ ਦੋ ਵਿਚਾਰ ਨੇ ਵੱਖੋ ਵੱਖਰੇ ਗੱਲ ਇਹ ਹੈ ਗੁਰਪ੍ਰੀਤ ਕਿ ਜਿਸਨੇ ਵੀ ਆਪਣੇ ਕਿਸੇ ਪਿਆਰੇ ਨੂੰ ਸਿਵੇ 'ਚ ਮੱਚਦਿਆਂ ਦੇਖ ਲਿਆ ਉਸ ਦੇ ਸੀਨੇ 'ਤੇ ਉਹ ਸੁਲਕਦਾ ਰਹਿੰਦਾ ਹਮੇਸ਼ਾ ਲਈ ਸੁਲਕਦਾ ਰਹਿੰਦਾ ਫਿਰ ਤੁਹਾਨੂੰ ਨਾ ਐਂ ਲੱਗਦਾ ਵੀ ਜਿਵੇਂ ਮੇਰੀ ਜ਼ਿੰਦਗੀ ਵਿਅਰਥ ਹੈ ਪਰ ਕੁਛ ਦਰਦ ਹੁੰਦੇ ਨੇ ਜਿਹੜੇ ਜਿਉਣ ਨਹੀਂ ਦਿੰਦੇ ਤੁਹਾਡੇ ਅੰਦਰੋਂ ਇੱਕ ਚਿੱਪਰ ਲਾ ਦਿੰਦੇ ਨੇ ਤੁਹਾਨੂੰ ਵਾਰ ਵਾਰ ਉਹਨਾਂ ਪਲਾਂ ਕੋਲ ਲੈ ਜਾਂਦੇ ਨੇ ਪਰ ਕੁਛ ਫਰਜ਼ ਹੁੰਦੇ ਨੇ ਜਿਹੜੇ ਜਿਉਣ ਨਹੀਂ ਦਿੰਦੇ ਮਰ ਨਹੀਂ ਦਿੰਦੇ ਜਿਹੜੇ ਇਸ ਕਰਕੇ ਦਰਦ ਅਤੇ ਫਰਜ਼ ਦੋਹਾਂ ਦੇ ਵਿਚਕਾਰ ਜਿਉਂਦੇ ਹਾਂ ਆਪਾਂ ਉਹ ਪਲ ਜਿਹੜੇ ਨੇ ਨਾ ਉਸੇ ਤਰ੍ਹਾਂ ਮੁਸਕਰਾਉਂਦੇ ਰਹਿੰਦੇ ਨੇ ਕੀ ਕਾਰਨ ਨੇ ਜਿਨ੍ਹਾਂ ਕਰਕੇ ਜਿਹੜੀ ਗੱਲ ਸਾਨੂੰ ਹੁਣ ਅੱਖਰ ਦੀ ਹੈ ਉਹ ਇਹੀ ਹੈ ਕਿ ਸਾਨੂੰ ਸਾਡੇ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜੀ ਹੁਣ ਦੀ ਪਨੀਰੀ ਹੈ ਉਹ ਫਜ਼ੂਲ ਜਾਣਦੀ ਹੈ ਪਰ ਹੋ ਸਕਦਾ ਇਹਨਾਂ ਦੇ ਅੱਗੇ ਜਿਹੜੇ ਬੱਚੇ ਹੋਣਗੇ ਉਹ ਇਹਨਾਂ ਨੂੰ ਇਸ ਤਰ੍ਹਾਂ ਜਾਣਨ ਲੱਗ ਜਾਣਗੇ ਹੋ ਸਕਦਾ ਇਦੋਂ ਵੀ ਮਾੜਾ ਹੋ ਜੇ ਇਹ ਵੀ ਹੋ ਸਕਦਾ ਜਿਸ ਤਰੀਕੇ ਨਾਲ ਜਿਸ ਸਪੀਡ ਨਾਲ ਜਿਸ ਰਫਤਾਰ ਨਾਲ ਜ਼ਿੰਦਗੀ ਆਪਣਾ ਪਾਸਾ ਥੱਲ ਰਹੀ ਹੈ ਨਾ ਹਾਲੇ ਤਾਂ ਅਸੀਂ ਪਹਿਲੇ ਪਲਾਂ ਨੂੰ ਹੀ ਨਹੀਂ ਰੱਜ ਕੇ ਮਾਣਿਆ ਹੁੰਦਾ ਅਤੇ ਅਗਲੀ ਕੋਈ ਹੋਰ ਨਵੀਂ ਕੌਤਕੀ ਘਟਨਾ ਘਟ ਜਾਂਦੀ ਹੈ ਅਸੀਂ ਹਾਲੇ ਉਹਦੇ ਬਾਰੇ ਗੱਲ ਕਰਦੇ ਹਾਂ ਤਾਂ ਅਗਲੀ ਹੋਰ ਹੋ ਜਾਂਦੀ ਹੈ ਇੰਨੀ ਤਰਥੱਲੀ ਇੰਨੀ ਖਲਬਲੀ ਸਾਡੇ ਅੰਦਰ ਮੱਚੀ ਹੋਈ ਹੈ ਮੈਨੂੰ ਲੱਗਦਾ ਅਸੀਂ ਘੜੀਆਂ ਦਾ ਸਾਥ ਦਿੰਦੇ ਦਿੰਦੇ ਭੱਜ ਭੱਜ ਕੇ ਹੌਂਕਦੇ ਫਿਰਦੇ ਹਾਂ ਸਾਹ ਨਹੀਂ ਲੈਂਦੇ ਯਾਦਾਂ ਸਾਨੂੰ ਸਾਹ ਦਵਾਉਂਦੀਆਂ ਨੇ ਉਹਨਾਂ ਨਾਲ ਵੀ ਜੇ ਬਹਿ ਕੇ ਪਲ ਦੋ ਪਲ ਦੋਸਤੀ ਕੀਤੀ ਜਾਏ ਤਾਂ ਹਾਂ ਬਿਲਕੁਲ ਉਹਨਾਂ ਦੀ ਫਰੋਲਾ ਫਰਾਲੀ ਕੀਤੀ ਜਾਵੇ ਉਹਨਾਂ ਨੂੰ ਵਾਰ ਵਾਰ ਦੇਖਿਆ ਜਾਵੇ ਉਹਨਾਂ ਦੇ ਕੋਲ ਬੈਠ ਕੇ ਸਾਂਝ ਪਾਲੀ ਜਾਵੇ ਫਿਰ ਤੁਸੀਂ ਸੋਚਦੇ ਹੋ ਕਿ ਅੱਜ ਮੈਨੂੰ ਥੋੜ੍ਹਾ ਜਿਹਾ ਸਾਹ ਆ ਗਿਆ ਸੱਚੀ ਅੱਜ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਕਹਿੰਦੇ ਜਦੋਂ ਕੁੜੀ ਆਪਦੇ ਪੇਕੇ ਘਰ ਆਉਂਦੀ ਹੈ ਨਾ ਉਹ ਆਪਦੇ ਘਰਦਿਆਂ ਨਾਲ ਗੱਲਾਂ ਕਰਦੀ ਆ ਆਪਦਾ ਸਾਰਾ ਕੁਛ ਲਾ ਕੇ ਧਰ ਦਿੰਦੀ ਹੈ ਕਿ ਮੈਂ ਆਪਦਾ ਹੀ ਥਕੇਵਾਂ ਲਵਾਉਣ ਆਈ ਹਾਂ ਤੁਹਾਡੇ ਕੋਲ ਆ ਕੇ ਉਹ ਥਕੇਵਾਂ ਲੈਂਦਾ ਹੀ ਤਾਂ ਹੈ ਜਦੋਂ ਉਸ ਦੇ ਅੰਦਰੋਂ ਇਸ ਤਰ੍ਹਾਂ ਦੀ ਸਾਂਝ ਹਾਮੀ ਭਰਤੀ ਹੈ ਜਿੱਥੇ ਨਿਰਸਵਾਰਥ ਹੋ ਕੇ ਆਪਾਂ ਹੁਣੇ ਗੱਲ ਕਰ ਰਹੇ ਸੀ ਨਾ ਜੇ ਤੁਸੀਂ ਸਵਾਰਥੀ ਗੱਲ ਕਰੋਗੇ ਤੁਹਾਡੀ ਗੱਲ ਦੇ ਵਿੱਚੋਂ ਸ਼ਿੱਦਤ ਰੰਗ ਨਹੀਂ ਰਹੇਗਾ ਇਹ ਨਿਰਸਵਾਰਥ ਹੋ ਕੇ ਗੱਲ ਕੀਤੀ ਜਾਂਦੀ ਹੈ ਕਾਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹੁਣ ਦਾ ਪਲ ਆਉਣ ਵਾਲਾ ਤੇ ਬੀਤ ਗਿਆ ਤੇ ਉਹਦੇ ਚ ਤਵੱਜੋ ਕਿਹਨੂੰ ਦੇਣੀ ਹੈ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਗੱਲ ਇਹ ਵੀ ਬਈ ਜਿਨ੍ਹਾਂ ਲੋਕਾਂ ਕੋਲ ਯਾਦਾਸ਼ਤ ਨਹੀਂ ਹੁੰਦੀ ਨਾ ਮੈਨੂੰ ਇਹ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ ਉਹ ਰਾਈਟਰ ਨਹੀਂ ਬਣ ਸਕਦੇ ਉਹਦਾ ਕੀ ਰੀਜ਼ਨ ਹੈ ਫਰਜ਼ ਕਰੋ ਇੱਕ ਘਟਨਾ ਘਟੀ ਹੈ ਆਪਾਂ ਦੋਨੇ ਜਣੇ ਜਾ ਰਹੇ ਹਾਂ ਉਹ ਘਟਨਾ ਤੂੰ ਵੀ ਦੇਖੀ ਮੈਂ ਵੀ ਦੇਖੀ ਦੇਖ ਕੇ ਆਪਾਂ ਉਸ ਵੇਲੇ ਗੱਲ ਕੀਤੀ ਕਿ ਉਹ ਦੇਖੋ ਉਹਦੇ ਕਿੱਡੀ ਸੱਟ ਵੱਜੀ ਹੈ ਕਿੰਨਾ ਖੂਨ ਡੁੱਲ ਗਿਆ ਅਤੇ ਗੱਲ ਆਈ ਗਈ ਹੋ ਗਈ ਇਹਦੇ ਮਤਲਬ ਇੱਥੇ ਖਤਮ ਕਰਤੀ ਪਰ ਰਾਈਟਰ ਉਸ ਗੱਲ ਨੂੰ ਆਪਣੇ ਨਾਲ ਲੈ ਜਾਂਦਾ ਆਪਣੇ ਸੀਨੇ 'ਚ ਲੈ ਜਾਂਦਾ ਉਹਨੂੰ ਦੁਬਾਰਾ ਤੋਂ ਰਿਵਾਈਵ ਕਰਦਾ ਕਿ ਉਹ ਸੱਟ ਐ ਨਹੀਂ ਵੱਜੀ ਜਿਹਦੇ ਸੱਟ ਵੱਜੀ ਹੈ ਉਹ ਕਿਸੇ ਦਾ ਪਿਓ ਕਿਸੇ ਦਾ ਭਰਾ ਕਿਸੇ ਦਾ ਪਿਤਾ ਕਿਸੇ ਦਾ ਪ੍ਰੇਮੀ ਕਿਸੇ ਦਾ ਕੁਛ ਹੋ ਸਕਦਾ ਤੁਸੀਂ ਉਹਨਾਂ ਰਿਲੇਸ਼ਨਸ 'ਚ ਲੈ ਜਾਂਦੇ ਹੋ ਤੁਸੀਂ ਉਹਨਾਂ ਪਰਤਾਂ 'ਚ ਲੈ ਜਾਂਦੇ ਹੋ ਜਦੋਂ ਤੁਸੀਂ ਪਰਤਾਂ 'ਚ ਜਾਂਦੇ ਹੋ ਤਾਂ ਤੁਹਾਡਾ ਦੁੱਖ ਕਿੰਨੀਆਂ ਦੂਰ ਤੱਕ ਚਲਿਆ ਜਾਂਦਾ ਤੁਸੀਂ ਕਿੰਨੀ ਸ਼ਿੱਦਤ ਨਾਲ ਉਸਨੂੰ ਮਹਿਸੂਸ ਕਰਦੇ ਹੋ ਫਿਰ ਜਦੋਂ ਉਸਨੇ ਲਿਖਣਾ ਹੁੰਦਾ ਤੀਸਰੀ ਵਾਰੀ ਫਿਰ ਉਹਦੇ ਅੰਦਰ ਉਹੀ ਦਰਦ ਆਉਂਦਾ ਸੋਸਾਇਟੀ ਦੇ ਵਿੱਚ ਕਿਤੇ ਵੀ ਸੱਟ ਵੱਜਦੀ ਹੈ ਰਾਈਟਰ ਨੂੰ ਰੋਣਾ ਪੈਂਦਾ ਪਤਾ ਨਹੀਂ ਕਿੰਨੀ ਵਾਰੀ ਰੋਣਾ ਪੈਂਦਾ ਕਿੰਨੇ ਉਹਦੇ ਅੱਖਰ ਜਿਹੜੇ ਨੇ ਉਹ ਧਰਤੀ ਦੀ ਹਿੱਕ 'ਤੇ ਛਾਲੇ ਵਾਂਗੂ ਅੱਖਰ ਬਣ ਬਣ ਡਿੱਗਦੇ ਨੇ ਮੈਨੂੰ ਇਹ ਲੱਗਦਾ ਹੁੰਦਾ ਲੇਖਕ ਬਣ ਹੀ ਹੋ ਸਕਦਾ ਜਿਹਦੀ ਯਾਦਾਸ਼ਤ ਕਾਇਮ ਹੈ ਬਿਲਕੁਲ ਠੀਕ ਤੁਸੀਂ ਲੁਕਾਈ ਦੀ ਗੱਲ ਕੀਤੀ ਸਮਾਜ ਦੀ ਗੱਲ ਕੀਤੀ ਪਰਿਵਾਰਕ ਰਿਸ਼ਤਿਆਂ ਨਾਤਿਆਂ ਦੀ ਵੀ ਗੱਲ ਕੀਤੀ ਹੁਣ ਇਹਨਾਂ ਸਾਰਿਆਂ 'ਚੋਂ ਜਿਹੜੇ ਸੰਘਰਸ਼ 'ਚੋਂ ਅਸੀਂ ਸਾਡੀ ਕਮਿਊਨਿਟੀ ਭਾਈਚਾਰਾ ਨਿਕਲਿਆ ਹੋਵੇ ਜਾਂ ਜੇ ਅਸੀਂ ਪਰਿਵਾਰਕ ਪੱਧਰ ਦੇ ਉੱਤੇ ਵੀ ਆਪੋ ਆਪਣੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੇ ਸੰਘਰਸ਼ ਦੇਖੇ ਹੋਣਗੇ ਉਹਨਾਂ ਯਾਦਾਂ ਨੂੰ ਵੀ ਤਾਂ ਆਪਣੇ ਨਾਲ ਲੈ ਕੇ ਚੱਲਣਾ ਤੁਹਾਨੂੰ ਤੁਹਾਡੇ ਵਾਸਤੇ ਰਾਹ ਦਸੇਰਾ ਬਣਦਾ ਹੈ ਬਿਲਕੁਲ ਬਿਲਕੁਲ ਗੁਰਪ੍ਰੀਤ ਜਿਹੜੇ ਲੋਕ ਇਹ ਭੁੱਲ ਜਾਂਦੇ ਨੇ ਕਿ ਅਸੀਂ ਕਿਹੜੀ ਥਾਂ ਤੋਂ ਆਏ ਹਾਂ ਕਿਹਨਾਂ ਹਾਲਾਤਾਂ 'ਚੋਂ ਆਏ ਹਾਂ ਜਿਹੜੇ ਲੋਕ ਇੱਥੇ ਕਿ ਕੈਨੇਡਾ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਨਾ ਮੈਂ ਉਹਨੂੰ ਕਹਿੰਦੀ ਤੂੰ ਵਾਪਸ ਚਲੇ ਜਾ ਫਿਰ ਹਾਂ ਜੇ ਤੈਨੂੰ ਇੱਥੇ ਨਹੀਂ ਚੰਗਾ ਲੱਗਦਾ ਤੁਸੀਂ ਆਏ ਕਿਉਂ ਜਿਹੜੇ ਲੋਕ ਕਿਸੇ ਵੀ ਸਥਿਤੀ ਵਿੱਚ ਖੁਸ਼ ਨਹੀਂ ਹੁੰਦੇ ਇਹ ਉਹ ਲੋਕ ਨੇ ਜਿਹੜੇ ਹਮੇਸ਼ਾ ਆਲਵੇਜ਼ ਕੰਪਲੇਨਿੰਗ
ਇਹ ਉਹ ਲੋਕ ਨੇ। ਪਰ ਜਦੋਂ ਤੁਸੀਂ ਆਪਣੀ ਪੁਰਾਣੀ ਸਥਿਤੀ ਨੂੰ ਯਾਦ ਕਰਦੇ ਹੋ, ਆਪਣੀ ਔਕਾਤ ਨੂੰ ਯਾਦ ਕਰਦੇ ਹੋ, ਆਪਣੀ ਹੋਂਦ ਨੂੰ ਯਾਦ ਕਰਦੇ ਹੋ ਕਿ ਉਹਨਾਂ ਨੇ ਕਿੰਨੇ ਔਖ ਵਿੱਚੋਂ ਦੀ ਇੱਥੇ ਤੱਕ ਸਾਨੂੰ ਪਹੁੰਚਾਇਆ। ਗੁਰਪ੍ਰੀਤ, ਹੁਣ ਨਾ ਆਊਗੀ ਬਰਫ਼ ਆਊਗੀ, ਹਾਂਜੀ ਹੈ ਨਾ, ਬਰਫ਼ ਦੇ ਨਾਲ ਸਾਰੇ ਪੱਤੇ ਗਿਰ ਜਾਣਗੇ, ਫੁੱਲ ਵੀ ਗਿਰ ਜਾਣਗੇ, ਤੁਸੀਂ ਫੁੱਲ ਹੋ, ਅਸੀਂ ਜੜ੍ਹਾਂ, ਜੜ੍ਹਾਂ ਤਾਂ ਅਗਲੇ ਸਾਲ ਫਿਰ ਫੁੱਟਣਗੀਆਂ। ਇਹ ਫੁੱਲ ਅਤੇ ਇਹ ਪੱਤੇ ਬਰਦਾਸ਼ਤ ਨਹੀਂ ਕਰਦੇ ਇਹਨਾਂ ਥਪੇੜਿਆਂ ਨੂੰ, ਪਰ ਜਿਨ੍ਹਾਂ ਨੇ ਬਰਦਾਸ਼ਤ ਕੀਤਾ ਉਹਨਾਂ ਦੇ ਅੰਦਰ ਇੰਨਾ ਕੁ ਹੌਸਲਾ ਹੈ ਕਿ ਉਹ ਤੁਹਾਨੂੰ ਦੁਬਾਰਾ ਤੋਂ ਉਸੇ ਤਰ੍ਹਾਂ ਹੱਸਦੇ ਦੇਖ ਸਕਣ। ਮੈਨੂੰ ਲੱਗਦਾ ਕਿ ਜੜ੍ਹਾਂ ਨਾਲੋਂ ਟੁੱਟ ਕੇ ਕੋਈ ਵੀ ਬੰਦਾ ਬਲਵਾਨ ਨਹੀਂ ਹੋ ਸਕਦਾ। ਇਹ ਠੀਕ ਹੈ ਕਿ ਵਰਤਮਾਨ ਨੂੰ ਵੀ ਆਪਾਂ ਨੇ ਜਿਉਣਾ, ਵਰਤਮਾਨ ਦੇ ਵਿੱਚ ਆਪਣੇ ਆਪ ਨੂੰ ਇੰਨਾ ਖੱਚਤ ਨਾ ਕਰੋ ਕਿ ਤੁਸੀਂ ਆਪਣੇ ਉਸ ਅਤੀਤ ਨੂੰ ਬਿਲਕੁਲ ਹੀ ਖਤਮ ਕਰ ਦਿਓ। ਕੀ ਤੁਸੀਂ ਮਾਪਿਆਂ ਨੂੰ ਭੁੱਲ ਕੇ ਖੁਸ਼ਹਾਲ ਜ਼ਿੰਦਗੀ ਜਿਉਂ ਸਕਦੇ ਹੋ? ਜਦੋਂ ਅਸੀਂ ਛੋਟੇ ਛੋਟੇ ਸੀ ਨਾ, ਸਾਡੇ ਆਮ ਤੌਰ 'ਤੇ ਸਾਡੀ ਛੋਟੀ ਏਜ ਦੇ ਵਿੱਚ ਪੇਰੈਂਟਸ ਲਵ ਮੈਰਿਜ ਦੇ ਬਹੁਤ ਖਿਲਾਫ ਸੀਗੇ। ਉਹ ਕਹਿੰਦੇ ਹੁੰਦੇ ਸੀ ਮਾਂ ਬਾਪ ਨੂੰ ਦੁਖੀ ਕਰਕੇ ਕਦੇ ਖੁਸ਼ ਨਹੀਂ ਹੋਵੋਗੇ। ਇਹ ਮੈਨੂੰ ਮੇਰੀ ਦਾਦੀ ਜੀ ਦਾ ਯਾਦ ਹੈ, ਉਹ ਸਾਨੂੰ ਸਿੱਖਿਆ ਦਿੰਦੇ ਹੁੰਦੇ ਸੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਮਤਲਬ ਇਹ ਸੀ ਕਿ ਜੇ ਮਾਂ ਬਾਪ ਦੀ ਆਂਦਰਾਂ ਖੁਸ਼ ਨੇ ਤਾਂ ਤੁਸੀਂ ਖੁਸ਼ ਹੋ। ਵਾਕਈ ਗੱਲ ਠੀਕ ਸੀ। ਹੁਣ ਸਾਨੂੰ ਲੱਗਦੀ ਹੈ ਨਾ ਜਦੋਂ ਅਸੀਂ ਉਹਨਾਂ ਦੀ ਥਾਂ 'ਤੇ ਪਹੁੰਚੇ ਹਾਂ ਕਿ ਜਿਹੜੇ ਆਪਣੇ ਪੇਰੈਂਟਸ ਨੂੰ ਧੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢ ਰਹੇ ਨੇ, ਜਿਨ੍ਹਾਂ ਮਾਵਾਂ ਨੂੰ ਮੈਂ ਦੇਖਿਆ ਕਿ ਦੁੱਧ ਦੇ ਬਦਲੇ ਪਾਣੀ ਵੀ ਨਹੀਂ ਮਿਲ ਰਿਹਾ ਉਹਨਾਂ ਨੂੰ, ਜਿਨ੍ਹਾਂ ਨੇ ਆਪਣੀ ਬੁੱਕਲ ਦੇ ਵਿੱਚ ਉਹਨਾਂ ਨੂੰ ਦੁੱਧ ਪਿਆਇਆ ਉਹ ਪਾਣੀ ਦਾ ਗਲਾਸ ਨਹੀਂ ਦਿੰਦੇ। ਉਦੋਂ ਉਸ ਸੀਨ ਨੂੰ ਦੇਖ ਕੇ ਇੰਨਾ ਤਰਸ ਆਉਂਦਾ ਉਹਨਾਂ ਮਾਵਾਂ 'ਤੇ ਕਿ ਇਹਨਾਂ ਨੇ ਕੀ ਸੋਚਿਆ ਸੀ ਇਹਨਾਂ ਬੱਚਿਆਂ ਨੂੰ ਪਰਵਰਿਸ਼ ਕਰਨ ਵੇਲੇ ਕਿ ਸਾਡੇ ਨਾਲ ਆਹ ਹੋਊਗੀ। ਠੀਕ ਹੈ ਕਿ ਉਹ ਉਹਨਾਂ ਦੇ ਬੁਢਾਪੇ ਦੀ ਡੰਗੋਰੀ ਸ਼ਾਇਦ ਨਾ ਬਣ ਸਕਦੇ ਹੋਣ, ਹਾਲਾਤ ਨਾ ਹੋਣ, ਉਹਨਾਂ ਦੇ ਕੋਲ ਰੁਝੇਵੇਂ ਹੀ ਇੰਨੇ ਹੋਣ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿਓ। ਇੰਨਾ ਵੀ ਅਤੀਤ ਤੋਂ ਘੱਟ ਹੋਣਾ ਜਿਹੜਾ ਹੈ ਨਾ ਉਹ ਠੀਕ ਨਹੀਂ ਹੈਗਾ। ਇਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਜਿਗਰਾ ਕਰਨਾ ਪਊਗਾ, ਥੋੜ੍ਹੀ ਜਿਹੀ ਪ੍ਰਾਇਓਰਿਟੀ ਰੱਖਣੀ ਪਊ ਕਿ ਤੁਹਾਡਾ ਨਿੱਜ ਇੰਨਾ ਇੰਪੋਰਟੈਂਟ ਹੋ ਗਿਆ ਕਿ ਤੁਸੀਂ ਉਹ ਸਾਰੇ ਕੁਛ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਹੋ। ਖਤਮ ਕਰਕੇ ਤੁਸੀਂ ਸੌਖੇ ਨਹੀਂ ਰਹਿ ਸਕਦੇ, ਖੁਸ਼ ਨਹੀਂ ਰਹਿ ਸਕਦੇ। ਇੱਕ ਮੈਡਮ ਹੋਰ ਬੜੀ ਇੰਟਰਸਟਿੰਗ ਗੱਲ ਹੈ, ਉਹ ਇਹ ਕਿ ਜਦੋਂ ਮਾਪੇ ਕਹਿੰਦੇ ਆ ਨਾ ਕਿ ਸਾਡੀ ਉਮਰ 'ਚ ਪਤਾ ਅਸੀਂ ਕਿੰਨਾ ਕੰਮ ਕਰਦੇ ਹੁੰਦੇ ਸੀ, ਐਂ ਸਕੂਲ ਤੁਰ ਕੇ ਜਾਣਾ ਪੈਂਦਾ ਸੀਗਾ, ਜਦੋਂ ਨੌਕਰੀ ਨਹੀਂ ਸੀ ਮਿਲਦੀ ਤੇ ਸਾਨੂੰ ਕਿੰਨੇ ਟੱਕਰਾਂ ਮਾਰਨੀਆਂ ਪਈਆਂ ਸੀਗੀਆਂ, ਟੁੱਟੀਆਂ ਚੱਪਲਾਂ ਦੇ ਨਾਲ ਵੀ ਅਸੀਂ ਜਾਂਦੇ ਰਹੇ ਹਾਂ, ਤੇ ਅਸੀਂ ਕਿੰਨਾ ਕਰਜ਼ਾ ਜਿਹੜਾ ਉਹ ਲਾਇਆ ਆ ਰਲ ਕੇ ਦੋਵਾਂ ਮੀਆਂ ਬੀਵੀ ਨੇ, ਤੇ ਸੁਣਨ ਵਾਲੇ ਜਿਹੜੇ ਕਿ ਅੱਜ ਆਰਾਮਦਾਇਕ ਜ਼ਿੰਦਗੀ ਜੀਉ ਰਹੇ ਨੇ ਉਹਨਾਂ ਦੇ ਐਡਲਟ ਹੋਏ ਨਿਆਣੇ, ਉਹ ਇਸ ਤਰ੍ਹਾਂ ਮਹਿਸੂਸ ਕਰਦੇ ਆ ਕਿ ਤੁਸੀਂ ਉਸ ਵੇਲੇ ਕੀਤਾ ਹੋਊਗਾ, ਅੱਜ ਤਾਂ ਨਹੀਂ ਹੁਣ ਕਰਨਾ ਪੈਂਦਾ, ਅਸੀਂ ਕੈਨੇਡਾ 'ਚ ਬੈਠੇ ਹਾਂ, ਸਾਰੀਆਂ ਸਹੂਲਤਾਂ ਹੈਗੀਆਂ, ਤੇ ਉਹ ਉਸ ਸ਼ਿੱਦਤ ਦੇ ਨਾਲ ਨਹੀਂ ਉਸ ਗੱਲ ਨੂੰ ਸਮਝ ਪਾਉਂਦੇ, ਤੇ ਉੱਥੇ ਟਕਰਾਅ ਹੈ। ਗੁਰਪ੍ਰੀਤ, ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਅਸੀਂ ਦੂਜੇ ਦੀ ਥਾਂ 'ਤੇ ਖੜ ਕੇ ਸੋਚਦੇ ਨਹੀਂ, ਅਸੀਂ ਆਪਣੇ ਨਿਚਲੀ ਸੋਚਦੇ ਹਾਂ। ਕਿਉਂ ਨਹੀਂ ਸੋਚਦੇ ਕਿ ਮਾਂ ਬਾਪ ਦੇ ਕੋਲ ਜਦੋਂ ਕੁਛ ਵੀ ਨਹੀਂ ਸੀ ਉਹਨਾਂ ਨੇ ਆਪਣੇ ਸੁਪਨੇ ਗਿਰ ਵੀ ਰੱਖੇ ਨੇ, ਉਹਨਾਂ ਨੇ ਆਪਣੇ ਮੂੰਹ ਨੂੰ ਜਾਂਦੀ ਬੁਰਕੀ ਤੁਹਾਡੇ ਮੂੰਹ 'ਚ ਪਾਈ ਹੈ। ਇਸ ਗੱਲ ਤੋਂ ਕਦੇ ਵੀ ਮੁਨਕਰ ਨਹੀਂ ਹੋਣਾ ਚਾਹੀਦਾ। ਪੇਰੈਂਟਸ ਹਮੇਸ਼ਾ ਹੀ ਘਾਲਣਾ ਘਾਲ ਕੇ ਹੀ ਅੱਗੇ ਲੈ ਕੇ ਆਉਂਦੇ ਨੇ, ਹੁਣ ਵਾਲੇ ਵੀ ਕਰ ਰਹੇ ਨੇ, ਜਿਹੜੇ ਇੱਥੇ ਪੇਰੈਂਟਸ ਨੇ ਉਹ ਵੀ ਕਰ ਰਹੇ ਨੇ। ਇਹਨਾਂ ਦੀ ਡਿਫਰੈਂਟ ਤਰੀਕੇ ਦੀ ਘਾਲਣਾ ਹੈ, ਸਾਡੀ ਹੋਰ ਤਰ੍ਹਾਂ ਦੀ ਘਾਲਣਾ ਸੀ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਉਹਦੇ 'ਤੇ ਕਾਟਾ ਮਾਰ ਦਿਓ। ਨਹੀਂ ਨਹੀਂ ਨਹੀਂ, ਤੁਹਾਨੂੰ ਨਹੀਂ ਪਤਾ ਹੈਗਾ ਤੁਹਾਡੇ ਵੇਲੇ ਹੋਰ ਸੀ, ਸਾਡੇ ਵੇਲੇ ਹੋਰ ਨੇ, ਸਾਡਾ ਜ਼ਿਆਦਾ ਇੰਪੋਰਟੈਂਟ ਹੈ। ਹਰ ਇੱਕ ਨੂੰ ਆਪਣਾ ਦੁੱਖ ਵੱਡਾ ਲੱਗਦਾ ਹੈ, ਦੂਜੇ ਦਾ ਨਹੀਂ ਲੱਗਦਾ। ਜਿਹੜੇ ਉਹਨਾਂ ਨੇ ਕਾਲੇ ਨੇ ਉਹ ਤੁਹਾਡੇ ਕੋਲ ਨਹੀਂ ਹੈਗੇ, ਇਸ ਕਰਕੇ ਇਹ ਕਹਿ ਦੇਣਾ ਕਿ ਤੁਸੀਂ ਨਹੀਂ ਔਖੇ ਹੋਏ ਜਿੰਨੇ ਅਸੀਂ ਔਖੇ ਹਾਂ, ਹਰ ਬੰਦਾ ਹੀ ਕਹਿੰਦਾ ਮੈਂ ਜਾਂਦਾ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਸਾਰੇ ਲੋਕਾਂ ਨੂੰ ਹੀ ਹੁੰਦਾ, ਆਪਾਂ ਨੂੰ ਲੱਗਦਾ ਕਿ ਮੇਰਾ ਜ਼ਿਆਦਾ ਇੰਪੋਰਟੈਂਟ ਹੈ। ਜੀ ਮੈਡਮ, ਬਰਾੜ ਕੁਛ ਯਾਦਾਂ ਅਜਿਹੀਆਂ ਕਿ ਵੀ ਇਨਸਾਨ ਆਪ ਇਕੱਲਿਆਂ ਬੈਠਿਆਂ ਵੀ ਇਹ ਮਹਿਸੂਸ ਕਰਦਾ ਕਿ ਤੂੰ ਕਿਤੇ ਇੱਥੇ ਹੀ ਹੈ, ਕਿਤੇ ਨੇੜੇ ਤੇੜੇ ਹੀ ਹੈ, ਹੁਣ ਹੀ ਆਵਾਜ਼ ਮਾਰ ਲੈਣੀ ਹੈ, ਅਤੇ ਤੇਰੀਆਂ ਯਾਦਾਂ ਕੁਛ ਇਸ ਤਰ੍ਹਾਂ ਨੇ ਜਿਵੇਂ ਕਿ ਥੱਕੀਆਂ ਅੱਖਾਂ ਨੂੰ ਕੋਈ ਆਸਾਂ ਦੇ ਸੁਪਨੇ ਮਿਲ ਗਏ ਹੋਣ। ਬਿਲਕੁਲ ਬਿਲਕੁਲ, ਕਈ ਵਾਰੀ ਗੁਰਪ੍ਰੀਤ ਉਹ ਨਾ ਜਿਹੜੇ ਤੁਹਾਡੇ ਲੰਘੇ ਪਲ ਹੁੰਦੇ ਨੇ ਉਹ ਤੁਹਾਡੇ ਅੰਦਰ ਇੰਨੇ ਜ਼ਿਆਦਾ ਸੱਜਰੇ ਹੁੰਦੇ ਨੇ, ਸਜੀਵ ਹੁੰਦੇ ਨੇ ਕਿ ਤੁਸੀਂ ਉਹਨਾਂ ਤੋਂ ਪਲ ਭਰ ਵੀ ਪਰੇ ਨਹੀਂ ਹੁੰਦੇ। ਤੁਹਾਡੇ ਦਿਮਾਗ 'ਚ ਇਹੀ ਰਹਿੰਦਾ ਵੀ ਹਾਂ ਇਹ ਗੱਲ ਜਿਹੜੀ ਹੈ ਨਾ ਦੁਬਾਰਾ ਹੋਊਗੀ, ਇਹ ਗੱਲ ਵਾਪਰੂਗੀ। ਆਪਣੇ ਆਪ ਨੂੰ ਯਕੀਨ ਨਹੀਂ ਦਵਾਇਆ ਜਾ ਸਕਦਾ ਕਿ ਹਾਂ ਇਹ ਗੱਲ ਨਹੀਂ ਹੋਣੀ, ਫਲਾਣੇ ਬੰਦੇ ਨੇ ਨਹੀਂ ਆਉਣਾ, ਚਾਹੇ ਕੁਛ ਵੀ ਹੋ ਜੇ, ਪਰ ਅੰਦਰ ਇੱਕ ਛੋਟਾ ਜਿਹਾ ਬੱਚਾ ਜਿਹੜਾ ਹੈ ਨਾ, ਜਿਹੜਾ ਇਹ ਤਰਕ 'ਤੇ ਨਹੀਂ ਜਾਂਦਾ, ਉਹ ਇਸ ਗੱਲ ਨੂੰ ਮੰਨਦਾ ਹੀ ਨਹੀਂ ਕਿ ਨਹੀਂ ਇਹ ਗੱਲ ਉਸੇ ਨੂੰ ਦੱਸਣੀ ਹੈ। ਇਹ ਗੱਲ ਉਹਦੇ ਨਾਲ ਗੱਲ ਕਰਕੇ ਜਿਹੜਾ ਨਾ ਫਿਰ ਮੇਰੇ ਮਨ ਦਾ ਭਾਰ ਹੌਲਾ ਹੋਣਾ,
ਕਈ ਵਾਰੀ ਤੁਸੀਂ ਸੁਪਨੇ ਬਣਾਏ ਹੁੰਦੇ ਨੇ, ਕੋਈ ਭਵਿੱਖੀ ਸੁਪਨੇ ਬਣੇ ਹੁੰਦੇ ਨੇ, ਉਹ ਸੁਪਨੇ ਤੁਹਾਡੇ ਕ੍ਰਸ਼ ਹੋ ਜਾਂਦੇ ਨੇ, ਰਸਤੇ 'ਚ ਗਿਰ ਜਾਂਦੇ ਨੇ। ਤੁਸੀਂ ਉਹਨਾਂ ਸੁਪਨੇ ਦੇ ਟੁਕੜੇ ਇਕੱਠੇ ਕਰ ਕਰਕੇ ਨਾ ਉਹਨਾਂ ਟੁਕੜਿਆਂ ਦਾ ਮੂੰਹ ਦੇਖਦੇ ਰਹਿੰਦੇ, ਉਹਨਾਂ ਦੇ ਨਕਸ਼ ਦੇਖਦੇ ਰਹਿੰਦੇ ਕਿ ਆਹ ਸੁਪਨਾ ਸੀ। ਜੇ ਸੁਪਨਾ ਇੱਥੇ ਤੱਕ ਜਾ ਚਲਿਆ ਜਾਂਦਾ ਤਾਂ ਚੰਗੀ ਗੱਲ ਸੀ। ਤੁਹਾਡਾ ਵਾਰ ਵਾਰ ਉਹਨਾਂ ਹੀ ਪਲਾਂ ਨੂੰ ਜਿਉਣ ਨੂੰ ਦਿਲ ਕਰਦਾ, ਉਹ ਪਲ ਤੁਹਾਨੂੰ ਦੁਬਾਰਾ ਦੁਬਾਰਾ ਖੂਬਸੂਰਤ ਲੱਗਦੇ ਨੇ, ਉਸੇ ਕਰਕੇ ਤੁਸੀਂ ਯਾਦਾਂ ਦੇ ਹਵਾਲੇ ਹੋਏ ਰਹਿੰਦੇ ਹੋ। ਇਹ ਠੀਕ ਹੈ ਕਿ ਵਰਤਮਾਨ ਦੇ ਰੁਝੇਵਿਆਂ ਨੇ, ਇਕੱਲੇ ਰੁਝੇਵਿਆਂ ਨੇ ਨਹੀਂ, ਤੁਹਾਡੇ 'ਤੇ ਇੰਨੇ ਰੁਝੇਵੇਂ ਹੁੰਦੇ ਨੇ ਕਿ ਤੁਹਾਡੀ ਸੁਰਤ ਮਾਰੀ ਜਾਂਦੀ ਹੈ, ਤੁਸੀਂ ਉਹਨਾਂ ਨੂੰ ਪਲ ਭਰ ਲਈ ਬੰਦ ਕਰ ਦਿੰਦੇ ਹੋ, ਉਸ ਕਿਤਾਬ ਨੂੰ ਬੰਦ ਕਰ ਦਿੰਦੇ ਹੋ। ਪਰ ਆਪਣੀ ਇਸ ਦੇਹੀ ਨੂੰ ਆਰਾਮ ਦਵਾਉਣ ਵਾਸਤੇ ਫਿਰ ਤੁਸੀਂ ਉਹਨਾਂ 'ਚ ਲੁੜਕ ਜਾਂਦੇ ਹੋ ਕਿ ਹਾਂ ਐਂ ਸੀ। ਉਹੀ ਗੱਲਾਂ ਤੁਹਾਡੇ ਸੁਪਨਿਆਂ 'ਚ ਆਉਂਦੀਆਂ ਨੇ, ਉਹੀ ਗੱਲਾਂ। ਮੈਂ ਗੁਰਪ੍ਰੀਤ ਕਦੇ ਵੀ ਮੈਨੂੰ ਸੁਪਨਾ ਨਹੀਂ ਆਇਆ ਮੈਂ ਯੂਨੀਵਰਸਿਟੀ ਤੋਂ ਬਾਹਰ ਹੋਵਾਂ। ਮੈਂ ਯੂਨੀਵਰਸਿਟੀ 'ਚ ਕਲਾਸ ਲੈ ਰਹੀ ਹੁੰਦੀ ਹਾਂ, ਯੂਨੀਵਰਸਿਟੀ ਫਿਰਦੀ ਹੁੰਦੀ ਹਾਂ, ਟੂਰਾਂ 'ਤੇ ਲੈ ਕੇ ਜਾ ਰਹੀ ਹੁੰਦੀ ਹਾਂ, ਬੱਸਾਂ 'ਚ ਜਾ ਰਹੀ ਹਾਂ, ਮੇਰੇ ਸੁਪਨਿਆਂ 'ਚ ਹੀ ਯੂਨੀਵਰਸਿਟੀ ਆਉਂਦੀ ਰਹਿੰਦੀ ਹੈ ਕਿਉਂਕਿ ਤੁਸੀਂ ਸਾਰਾ ਟਾਈਮ ਉੱਥੇ ਲਾਇਆ। ਬਿਲਕੁਲ ਉਸੇ ਤਰ੍ਹਾਂ ਤੁਹਾਡੇ ਸੁਪਨੇ ਹੁੰਦੇ ਨੇ, ਉਸੇ ਤਰ੍ਹਾਂ ਤੁਸੀਂ ਜਿਉਂਦੇ ਹੋ। ਮੈਂ ਵਾਰ ਵਾਰ ਆਪਣੇ ਆਪ, ਮੈਨੂੰ ਕੈਨੇਡਾ ਦਾ ਸੁਪਨਾ ਕਦੇ ਨਹੀਂ ਆਇਆ, ਪਤਾ ਨਹੀਂ ਤਾਂ ਮੈਨੂੰ ਕੈਨੇਡਾ ਜ਼ਬਰਦਸਤੀ ਬਿਠਾਇਆ ਹੋਇਆ, ਪਤਾ ਨਹੀਂ। ਪਰ ਮੇਰੀਆਂ ਰੀਜਨ ਦੇ ਵਿੱਚ ਸੁਪਨਾ ਨਹੀਂ ਆਇਆ ਕਦੇ ਵੀ ਇਸ ਤਰ੍ਹਾਂ ਦਾ। ਉਹ ਕਹਿੰਦੇ ਅੱਜ ਯਾਦ ਆਏ, ਅੱਜ ਅਸੀਂ ਤੇਰੇ ਸ਼ਹਿਰ 'ਚੋਂ ਲੰਘੇ ਸੀ, ਯਾਦ ਆ ਗਏ ਉਹ ਪਲ ਜਦੋਂ ਤੁਸੀਂ ਸਾਹਾਂ ਤੋਂ ਮਹਿੰਗੇ ਸੀ। ਖੂਬਸੂਰਤ ਅਤੇ ਕੁਛ ਯਾਦਾਂ ਅਜਿਹੀਆਂ ਵੀ ਨੇ ਜਿਹੜੀਆਂ ਕਿ ਅਸੀਂ ਜਾਣ ਬੁੱਝ ਕੇ ਭੁਲਾਉਣਾ ਚਾਹੁੰਦੇ ਹੁੰਦੇ ਹਾਂ। ਬਿਲਕੁਲ ਚਿੱਤ ਚੇਤਿਆਂ 'ਚ ਜੇ ਕਿਤੇ ਆ ਵੀ ਜਾਣ, ਜਿਵੇਂ ਕੋਈ ਆ ਜਾਂਦਾ ਨਾ ਦਸਤਕ ਤੇ ਦਿੱਤੀ ਉਹਨਾਂ ਨੇ ਪਰ ਸੱਦੇ ਬੁਲਾਏ ਨਹੀਂ ਸੀਗੇ, ਤੇ ਉਸ ਤਰ੍ਹਾਂ ਜਦੋਂ ਆ ਸਾਹਮਣੇ ਖੜੀ ਹੁੰਦੀਆਂ ਇੱਦਾਂ ਦੀਆਂ ਯਾਦਾਂ, ਤੇ ਅਸੀਂ ਉਹਨਾਂ ਤੋਂ ਅੱਖੋਂ ਪਰੋਖੇ ਹੁੰਦੇ ਹਾਂ। ਅਸੀਂ ਕਹਿੰਦੇ ਪਰਾਂ ਹੋ ਜਾਓ, ਸਾਡੇ ਮੂਹਰੇ ਨਾ ਆਓ, ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਡਿਲੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਅੰਦਰੋਂ ਇਹ ਵਰਕਾ ਪਾੜ ਦਈਏ, ਇਹ ਵਰਕਾ ਸਾਡੇ ਸਾਹਮਣੇ ਨਾ ਆਵੇ, ਕਿਉਂਕਿ ਉਹ ਸਾਨੂੰ ਦੁੱਖ ਦੇ ਕੇ ਗਈਆਂ ਹੁੰਦੀਆਂ ਨੇ, ਕਿਉਂਕਿ ਉਹਨਾਂ ਨੇ ਸਾਨੂੰ ਸਾਡੇ ਅੰਦਰ ਐਸਾ ਜ਼ਖਮ ਕੀਤਾ ਹੁੰਦਾ ਜਿਹੜਾ ਕਦੇ ਨਹੀਂ ਭਰਨਾ ਹੁੰਦਾ। ਤੁਹਾਨੂੰ ਲੱਗਦਾ ਵੀ ਕਿਤੇ ਤੁਹਾਨੂੰ ਡਰ ਲੱਗਦਾ ਰਹਿੰਦਾ ਕਿ ਇਹ ਗੱਲ ਕਿਤੇ ਦੁਬਾਰਾ ਨਾ ਵਾਪਰ ਜੇ, ਇਸ ਤਰ੍ਹਾਂ ਦਾ ਘਟਨਾ ਕਿਉਂਕਿ ਸਾਡੇ ਨਾਲ ਹੋ ਚੁੱਕੀ ਹੁੰਦੀ ਹੈ। ਤੁਹਾਨੂੰ ਹਰ ਤੁਸੀਂ ਹਵਾ ਨੂੰ ਦਰਵਾਜ਼ੇ ਖੋਲ੍ਹਦੇ ਹੋ ਕਿ ਤੁਸੀਂ ਪਤਾ ਨਹੀਂ ਕਿਹਦੀ ਉਡੀਕ ਕਰਦੇ ਹੋ ਜਿਹਦੇ ਲਈ ਦਰਵਾਜ਼ਾ ਖੋਲ੍ਹਦੇ ਹੋ। ਉਸ ਵੇਲੇ ਤੁਹਾਡੇ ਅੰਦਰ ਦਿਮਾਗ 'ਚ ਇਹ ਹੁੰਦਾ ਕਿ ਆਹ ਪਲ ਜਿਹੜੇ ਇਹਨਾਂ ਦੁਬਾਰਾ ਨਾ ਆਉਣ, ਇਹੋ ਜਿਹਾ ਕਿਸੇ ਦੀ ਵੀ ਜ਼ਿੰਦਗੀ 'ਚ ਨਾ ਆਵੇ, ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ। ਉਸ ਵੇਲੇ ਤੁਹਾਡੇ ਅੰਦਰ ਨਾ ਇੱਕ ਇਸ ਤਰ੍ਹਾਂ ਦੀ ਅਮਿੱਟ ਛਾਪ ਪਈ ਹੁੰਦੀ ਆ ਕਿ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ 'ਚੋਂ ਕੱਢਣਾ, ਪਰ ਉਹ ਨਹੀਂ ਨਿਕਲਦਾ, ਨਿਕਲ ਨਹੀਂ ਸਕਦਾ। ਉਹਦਾ ਸਾਹਮਣਾ ਨਾ ਕਰ ਲਿਆ ਜਾਵੇ, ਸਾਹਮਣਾ ਕਰਨ ਵਾਸਤੇ ਹੌਸਲਾ ਬਹੁਤ ਚਾਹੀਦਾ। ਤੁਸੀਂ ਆਪਣੀਆਂ ਅੱਖਾਂ ਤਾਂ ਹੀ ਪਿਘਲਾ ਦਿੰਦੇ ਹੋ, ਉਸ ਵਕਤ ਨੂੰ ਬਥੇਰੀ ਵਾਰੀ ਪਿਘਲਾਉਂਦੇ ਹਾਂ, ਤੁਸੀਂ ਪੱਥਰ ਹੋ ਜਾਂਦੇ ਹੋ, ਪਰ ਫਿਰ ਵੀ ਤੁਹਾਡੀਆਂ ਅੱਖਾਂ ਥਾਣੀ ਦੀ ਉਹ ਜਿਹੜਾ ਹੈ ਨਾ ਪਲ, ਉਹ ਖਤਮ ਨਹੀਂ ਹੁੰਦਾ, ਉਵੇਂ ਹੀ ਸੱਜਣਾ ਰਹਿੰਦਾ। ਤੁਹਾਡਾ ਵਾਰ ਵਾਰ ਜੀ ਕਰਦਾ, ਪਤਾ ਨਹੀਂ ਕਿਉਂ ਤੁਸੀਂ ਫਿਰ ਉਸੇ ਪਲ ਦੇ ਕੋਲ ਜਾ ਕੇ ਰੂਬਰੂ ਹੋ ਜਾਂਦੇ ਹੋ, ਉਹਦੇ ਕੋਲ ਜਾਂਦੇ ਹੋ, ਉਹਨੂੰ ਯਾਦ ਕਰਦੇ ਹੋ, ਤੁਸੀਂ ਆਪਣੇ ਸਾਰੇ ਦਹਾਕੇ ਆਪਣੀ ਵੱਖੀ ਨਾਲੋਂ ਝਾੜ ਕੇ ਫਿਰ ਉਸੇ ਪਲਾਂ ਕੋਲ ਜਾ ਗਏ ਕਿ ਸਾਡੇ 'ਤੇ ਵੀ ਕਦੇ ਜਵਾਨ ਰੁੱਤ ਆਈ ਸੀ, ਅਸੀਂ ਵੀ ਕਦੇ ਇਸ ਤਰ੍ਹਾਂ ਸੀ। ਤੁਹਾਨੂੰ ਆਪਣੇ ਆਪ 'ਤੇ ਤਰਸ ਆਉਂਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ, ਤੁਸੀਂ ਕਿਸੇ ਹੋਰ ਤਰ੍ਹਾਂ ਵੀ ਹੁੰਦੇ ਸੀ। ਆਈ ਡਿਡ ਨੋਟ ਡਿਜ਼ਰਵ ਦਿਸ, ਇਹ ਅਹਿਸਾਸ ਵੀ ਆਉਂਦਾ। ਬਿਲਕੁਲ ਬਿਲਕੁਲ। ਔਰ ਲੋਕ ਕਹਿੰਦੇ ਨੇ ਤੁਹਾਨੂੰ ਤੂੰ ਤਾਂ ਇੰਨੇ ਯੋਗੀ ਨਹੀਂ ਸੀ, ਫਿਰ ਤੁਹਾਨੂੰ ਆਪਣੇ ਆਪ 'ਤੇ ਆਉਂਦਾ ਵੀ ਵਾਕਈ ਇਹ ਗੱਲ ਠੀਕ ਹੈ। ਕੁਝ ਅਜਿਹੇ ਲੋਕਾਂ ਦਾ ਸਾਥ ਜਿਹੜੇ ਕਿ ਤੁਹਾਨੂੰ ਉਹਨਾਂ ਯਾਦਾਂ ਨੂੰ ਜਿਉਣ ਦੇ ਵਿੱਚ ਸਹਾਈ ਹੁੰਦੇ ਨੇ। ਬਿਲਕੁਲ। ਤੇ ਉਹਨਾਂ ਨਾਲ ਬੈਠ ਕੇ ਉਹਨਾਂ ਪਲਾਂ ਨੂੰ ਯਾਦ ਕਰਨਾ, ਤਰੋ ਤਾਜ਼ਾ ਕਰਨਾ, ਇੰਨਾ ਖੂਬਸੂਰਤ ਅਹਿਸਾਸ ਹੁੰਦਾ। ਹੁਣ ਅਸੀਂ ਆਪਣੇ ਕੋਲੀਗਸ ਜਿਹੜੇ ਕਿ ਪਹਿਲਾਂ ਜਿੱਥੇ ਕਾਲਜ ਪੜ੍ਹਾ ਕੇ ਆਏ, ਤੁਸੀਂ ਯੂਨੀਵਰਸਿਟੀ ਪੜ੍ਹਾ ਕੇ ਆਏ, ਉਹਨਾਂ ਨਾਲ ਜਦੋਂ ਬੈਠੋਗੇ, ਹੁਣ ਤੁਸੀਂ ਨਿਊਜ਼ੀਲੈਂਡ ਜਾਣਾ ਆ, ਉੱਥੇ ਜਾ ਕੇ ਸਟੂਡੈਂਟਸ ਨੇ ਜਦੋਂ ਤੁਹਾਡੇ ਨਾਲ ਯਾਦਾਂ ਸਾਂਝੀਆਂ ਕਰਨੀਆਂ, ਇੱਦਾਂ ਹੀ ਸੁਣਨ ਵਾਲਿਆਂ ਨੇ ਜਿਹੜੇ ਜਿਹੜੇ ਪ੍ਰੋਫੈਸ਼ਨ 'ਚ ਪਹਿਲਾਂ ਰਹੇ ਨੇ ਜਾਂ ਜਿਹੜੇ ਦੋਸਤਾਂ ਮਿੱਤਰਾਂ ਸਹੇਲੀਆਂ ਨਾਲ ਟਾਈਮ ਬਿਤਾਏ ਨੇ, ਬਿਲਕੁਲ ਬਿਲਕੁਲ, ਉਹ ਤੂੰ ਤਾਂ ਐਂ ਹੁੰਦਾ ਸੀ, ਤੂੰ ਤਾਂ ਉਹ ਹੁੰਦੀ ਸੀ, ਹੈ ਨਾ। ਉਹ ਫਿਰ ਤੁਹਾਡੇ ਨਾ ਇੱਕ ਜਿਵੇਂ ਤੁਹਾਡਾ ਪਾਸਾ ਪਰਤਿਆ ਜਾਂਦਾ ਹੈ ਨਾ, ਕਿਤਾਬ ਦਾ ਪਿਛਲਾ ਪੰਨਾ ਆ ਜਾਂਦਾ, ਤੁਸੀਂ ਉਸ ਮੋੜ 'ਤੇ ਜਾ ਕਰਦੇ ਹੋ। ਇਸ ਵੇਲੇ ਗੁਰਪ੍ਰੀਤ ਆਪਾਂ ਦੋਨੇ ਗੱਲ ਕਰ ਰਹੇ ਹਾਂ, ਇਹਨਾਂ ਵਰਕਿਆਂ ਨੂੰ ਉਲੱਦ ਰਹੇ ਹਾਂ, ਆਪਾਂ ਵੀ ਤਾਂ ਇਸ ਤਰ੍ਹਾਂ ਹੀ ਕਰ ਰਹੇ ਹਾਂ, ਆਪਣੇ ਅੰਦਰੋਂ ਕਥਾਰਸਿਸ ਕਰ ਰਹੇ ਹਾਂ, ਆਪਣੇ ਅੰਦਰੋਂ ਗੱਲਾਂ ਪਿਘਲਾ ਰਹੇ ਹਾਂ ਜਿਹੜੀਆਂ ਗੱਲਾਂ ਤੁਹਾਨੂੰ ਤੰਗ ਕਰਦੀਆਂ ਰਹੀਆਂ ਨੇ। ਤੁਸੀਂ ਖੁਸ਼ ਹੋ ਜਾਂਦੇ ਹੋ, ਤੁਸੀਂ ਆਪਣੀ, ਕਹਿੰਦੇ ਨੇ ਜਦੋਂ 260 ਸਾਲ ਦੇ ਬੰਦੇ ਬੈਠੇ ਆਪਸ 'ਚ ਗੱਲਾਂ ਕਰਦੇ ਨੇ ਤਾਂ ਉਹ 30-30 ਸਾਲ ਦੇ ਹੋ ਜਾਂਦੇ।
ਉੱਥੇ ਚਲੇ ਜਾਂਦੇ ਨੇ। ਹਾਂਜੀ, ਉਹਨਾਂ ਨੂੰ ਤਾਂ ਯਾਦ ਹੀ ਨਹੀਂ ਰਹਿੰਦਾ ਅਸੀਂ 60 ਸਾਲ ਦੇ ਹਾਂ। ਉਹ ਵਾਪਸ ਉੱਥੇ ਚਲੇ ਜਾਂਦੇ ਨੇ, ਆਪਸ 'ਚ ਬੈਠ ਕੇ ਇਹ ਗੱਲਾਂ ਕਰਦੇ ਨੇ। ਅਸੀਂ ਵੀ ਇਸ ਤਰ੍ਹਾਂ ਹੀ ਕਰਦੇ ਹਾਂ ਜਦੋਂ ਅਸੀਂ ਆਪਣੇ ਦੋਸਤਾਂ ਮਿੱਤਰਾਂ 'ਚ ਬੈਠਦੇ ਹਾਂ, ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਕਿ ਅਸੀਂ ਉਸ ਵੇਲੇ ਐਂ ਕਰਦੇ ਹੁੰਦੇ ਸੀ ਜੀ। ਉਸ ਵੇਲੇ ਗੱਲ ਯਾਦ ਆਉਂਦੀ, ਦੇਖ ਗੁਰਪ੍ਰੀਤ, ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ ਸੀ ਨਾ, ਅਸੀਂ ਵੀ ਬੜੇ, ਮੈਂ ਬਹੁਤ ਸ਼ਰਾਰਤੀ ਹੁੰਦੀ ਸੀ। ਜਦੋਂ ਮੈਂ ਟੀਚਰ ਬਣੀ, ਹਾਂਜੀ, ਮੈਂ ਕੁੜੀਆਂ ਨੂੰ ਦੇਖਿਆ ਵੀ ਜਦੋਂ ਕੋਈ ਮੁੰਡਾ ਅੰਦਰ ਆਉਂਦਾ ਹੈ ਨਾ, ਤਾਂ ਕੁੜੀ ਦੂਜੀ ਕੁੜੀ ਨੂੰ ਹੁੱਜ ਮਾਰਦੀ ਹੈ। ਅੱਛਾ, ਮੈਨੂੰ ਸਮਝ ਆ ਜਾਂਦੀ ਸੀ ਵੀ ਕੀ ਕਹਿਣਾ ਚਾਹੁੰਦੀਆਂ ਨੇ। ਹਾਂ, ਦੇਖ ਉਹਨੂੰ, ਹਾਂ ਇਹ ਉਹਨੂੰ ਕੋਈ ਗੱਲ ਕਰਦੀਆਂ ਨੇ। ਹਾਂਜੀ, ਇੱਕ ਮੇਰੀ ਕਲਾਸ 'ਚ ਮੁੰਡਾ ਆਇਆ, ਬਹੁਤ ਲੰਬਾ, ਬਹੁਤ ਲੰਬਾ, 6'4" ਮੁੰਡਾ ਸੀਗਾ, ਪਿੰਡ ਤੋਂ ਮੁੰਡਾ ਆਇਆ ਸੀ। ਉਹਦੀ ਦੇਸੀ ਜੁੱਤੀ ਪਾਈ ਸੀ, ਉਹਦੀ ਦੇਸੀ ਜੁੱਤੀ ਭੀਂ ਭੀਂ ਕਰਦੀ ਸੀ। ਮੈਂ ਸਮਝ ਗਈ ਵੀ ਇਹ ਕੁੜੀਆਂ ਇਸ ਮੁੰਡੇ ਵੱਲ ਇਹ ਇਸ਼ਾਰਾ ਕਰਦੀਆਂ ਨੇ। ਹੁਣ ਜਦੋਂ ਤੁਸੀਂ ਇਸ ਤਰ੍ਹਾਂ ਆਪ ਬਣੇ ਹੁੰਦੇ ਹੋ ਨਾ, ਤਾਂ ਤੁਹਾਨੂੰ ਸਮਝ ਆਉਂਦੀ ਹੈ ਵੀ ਇਸ ਵੇਲੇ ਇਹਨਾਂ ਦੀ ਅੱਖ 'ਚ ਕਿਹੜਾ ਅਰਥ ਹੈ। ਇਹ ਸਾਰਾ ਯਾਦਾਂ ਦੇ ਹਵਾਲੇ ਹੋ ਕੇ ਤੁਹਾਡੇ ਅੰਦਰ ਦਰਜ ਹੁੰਦਾ। ਮੈਂ ਇਸ ਵੇਲੇ ਜੋ ਕੁਛ ਬੋਲ ਰਹੀ ਹਾਂ, ਮੈਂ ਯਾਦਾਂ 'ਚੋਂ ਬੋਲ ਰਹੀ ਹਾਂ। ਮੈਂ ਵੈਸੇ ਤਾਂ ਮੈਂ ਕਦੇ ਕਲਾਸ 'ਚ ਵੀ ਕੋਈ ਕਾਗਜ਼ ਨਹੀਂ ਲੈ ਕੇ ਗਈ, ਮੈਂ ਕਦੇ ਕੋਈ ਨੋਟਸ ਲੈ ਕੇ ਨਹੀਂ ਗਈ, ਕਲਾਸ ਐਂ ਬੋਲਦੀ ਰਹੀ ਹਾਂ। ਜਦੋਂ ਤੁਸੀਂ ਬੋਲਦੇ ਹੋ, ਮੈਨੂੰ ਕਿਸੇ ਨੇ ਪੁੱਛਿਆ ਕਿ ਜਦੋਂ ਅਸੀਂ ਮਾਈਕ ਦੇ ਕੋਲ ਹੁੰਦੇ, ਸਾਨੂੰ ਤਾਂ ਕੋਈ ਗੱਲ ਨਹੀਂ ਸਮਝਦੀ, ਸਮਝਣੀ ਸੁੱਝਣੀ ਨਹੀਂ ਹੈਗੀ ਵੀ ਕੀ ਗੱਲ ਕਰੀਏ। ਮੈਂ ਜਦੋਂ ਮੇਰੇ ਮੂਹਰੇ ਮਾਈਕ ਆ ਜਾਂਦਾ, ਮੈਨੂੰ ਗੱਲਾਂ ਸੁੱਝਣੀਆਂ ਸ਼ੁਰੂ ਹੋ ਜਾਂਦੀਆਂ। ਆਪੋ ਆਪਣਾ ਵਿੱਤ ਹੈ, ਆਪੋ ਆਪਣਾ ਨਿੱਜ ਹੈ, ਆਪੋ ਆਪਣੀ ਹੋਂਦ ਹੈ, ਆਪੋ ਆਪਣਾ ਐਕਸਪ੍ਰੈਸ਼ਨ ਹੈ। ਤੁਹਾਡਾ ਕੋਮਲ ਮਨ ਅਤੇ ਤੁਹਾਡੀ ਜ਼ਿੰਦਗੀ ਦੇ ਤਜਰਬੇ ਅਤੇ ਨਾਲ ਹੀ ਮੈਡਮ ਰਾਜ, ਜਿਹੜਾ ਤੁਹਾਡੇ ਕੋਲ, ਮੈਂ ਕਹੂੰਗੀ ਕਿ ਇਹ ਰੂਹਾਨੀ ਤਾਕਤ ਹੀ ਹੈ ਜਿਹੜੀ ਤੁਹਾਨੂੰ ਹਾਸਲ ਹੋਈ ਹੋਈ ਹੈ, ਕਿ ਤੁਸੀਂ ਸ਼ਬਦਾਂ ਨੂੰ ਇੰਨੇ ਖੂਬਸੂਰਤ ਤਰੀਕੇ ਨਾਲ ਮਾਲਾ 'ਚ ਪਰੋ ਦਿੰਦੇ ਹੋ ਕਿ ਹਰ ਕਿਸੇ ਦਾ ਦਿਲ ਕਰਦਾ ਕਿ ਮੈਂ ਆਪਣੇ ਗਲ 'ਚ ਪਾ ਲਵਾਂ। ਗੁਰਪ੍ਰੀਤ, ਮੈਂ ਸਾਰੀ ਉਮਰ ਸ਼ਬਦਾਂ ਦਾ ਖੱਟਿਆ ਖਾਧਾ, ਸ਼ਬਦਾਂ ਦੀ ਰੋਟੀ ਖਾਧੀ ਹੈ, ਅਤੇ ਜੇ ਮੈਂ ਸ਼ਬਦ ਹੀ ਨਾ ਸਿੱਖ ਸਕੀ ਅਤੇ ਸ਼ਬਦ ਹੀ ਨਹੀਂ ਬਖੇਰ ਸਕੀ, ਸ਼ਬਦਾਂ ਨੂੰ ਅੱਗੇ ਪਸਾਰ ਨਹੀਂ ਸਕੀ, ਤਾਂ ਫਿਰ ਮੇਰੀ ਬੇਈਮਾਨੀ ਹੋਏਗੀ, ਤਾਂ ਮੇਰੀ ਇਹ ਊਣ ਹੋਏਗੀ ਕਿ ਮੈਂ ਉਹ ਨਹੀਂ ਦਿੱਤੀ, ਕਿਉਂਕਿ ਮੈਂ ਸਾਰੀ ਉਮਰ ਸ਼ਬਦਾਂ ਦਾ ਖੱਟਿਆ ਖਾਧਾ। ਸ਼ਬਦ ਮੇਰੇ ਸਾਹਮਣੇ, ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦੀ ਹਾਂ, ਮੈਂ ਹਮੇਸ਼ਾ ਆਪਦੇ ਦਿਮਾਗ 'ਚ ਸੋਚਦੀ ਹਾਂ ਕਿ ਇਹ ਸ਼ਬਦ ਨੇ ਜਿਹੜੇ ਸਾਨੂੰ ਅਰਥ ਦਿੰਦੇ ਨੇ, ਜਿਨ੍ਹਾਂ ਕਰਕੇ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ। ਸ਼ਬਦ ਗੁਰੂ ਨੂੰ ਨਤਮਸਤਕ ਹੁੰਦੇ ਹਾਂ ਅਸੀਂ। ਮੇਰਾ ਜੀ ਕਰਦਾ ਸੀ ਕਿ ਮੈਂ ਲੋਕਾਂ ਦੇ ਸੀਨੇ ਵਿੱਚੋਂ ਨਾ ਖੁਰਚ ਕੇ ਲੈ ਆਵਾਂ ਉਹ ਗੱਲਾਂ ਜਿਹੜੀਆਂ ਉਹਨਾਂ ਦੇ ਅੰਦਰ ਉਹਨਾਂ ਦੀ ਖਲਬਲੀ ਪਾਉਂਦੀਆਂ ਨੇ, ਪਰ ਪਤਾ ਨਹੀਂ ਕਿਉਂ ਉਹ ਨਸ਼ਰ ਨਹੀਂ ਕਰਨਾ ਚਾਹੁੰਦੇ ਹੁੰਦੇ। ਅਤੇ ਮੈਨੂੰ ਤਾਂ ਲੱਗਦਾ ਹੁੰਦਾ ਕਿ ਸਾਰੇ ਲੋਕਾਂ ਦੇ ਨਾਲ ਜਿੰਨਾ ਜ਼ਿਆਦਾ ਆਪਣੇ ਅੰਦਰਲੇ ਹਾਵ ਭਾਵ ਤੁਸੀਂ ਵਿਅਕਤ ਕਰੋਗੇ, ਦੱਸੋਗੇ, ਨਸ਼ਰ ਕਰੋਗੇ, ਓਨਾ ਹੀ ਮਨ ਦਾ ਭਾਰ ਹੌਲਾ ਹੋਊਗਾ। ਬਸ਼ੀਰ ਬਦਰ ਦੀਆਂ ਲਾਈਨਾਂ ਨੇ ਜੀ, ਉਜਾਲੇ ਆਪਣੀ ਯਾਦੋਂ ਕੇ ਮੇਰੇ ਸਾਥ ਰਹਿਣੇ ਦੇ, ਨਾ ਜਾਣੇ ਜ਼ਿੰਦਗੀ ਕੀ ਕਿਸ ਗਲੀ ਮੇ ਸ਼ਾਮ ਹੋ ਜਾਏ। ਬਿਲਕੁਲ, ਬਹੁਤ ਖੂਬਸੂਰਤ। ਅਤੇ ਹੁਣ ਜਾਂਦਿਆਂ ਜਾਂਦਿਆਂ ਸੁਨੇਹਾ ਸੁਣਨ ਵਾਲੇ, ਸੁਨੇਹਾ ਮੇਰਾ ਇਹੀ ਹੈ ਕਿ ਪਤਾ ਨਹੀਂ ਤਾਂ ਮੈਂ ਖੁਦ ਆਪ ਅਤੀਤ ਹੁੰਦੀ ਜਾ ਰਹੀ ਹਾਂ, ਇਸ ਕਰਕੇ ਕਿ ਜਦੋਂ ਤੁਸੀਂ ਅਤੀਤ ਨੂੰ ਕੱਟਦੇ ਹੋ, ਅਤੀਤ ਦੀ ਨਕਦਰੀ ਕਰਦੇ ਹੋ, ਅਤੀਤ ਨੂੰ ਇੱਕ ਤਰ੍ਹਾਂ ਨਾਲ ਆਪਣੀ ਜ਼ਿੰਦਗੀ 'ਚੋਂ ਕੱਟ ਆਫ ਕਰਦੇ ਹੋ, ਤਾਂ ਤੁਸੀਂ ਖੁਸ਼ ਨਹੀਂ ਰਹਿ ਸਕਦੇ। ਖੁਸ਼ੀ ਵਾਸਤੇ ਜ਼ਰੂਰੀ ਹੈ ਕਿ ਲਿੰਕ ਭੂਤ ਭਵਿੱਖ ਅਤੇ ਭਵਾਨ ਦੇ ਬਣੇ ਰਹਿਣ ਆਪਸ ਵਿੱਚ, ਆਪਣੀ ਜੁਆਇੰਟ ਫੈਮਿਲੀ ਵਾਂਗੂ ਇਹ ਸਾਂਝਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਨੇ। ਯਾਦਾਂ ਵੀ ਨਾਲ ਹੀ ਰਹਿਣੀਆਂ ਚਾਹੀਦੀਆਂ ਨੇ, ਮਾਂ ਬਾਪ ਦੀਆਂ ਵੀ ਰਹਿਣੀਆਂ ਚਾਹੀਦੀਆਂ ਨੇ, ਬੱਚਿਆਂ ਦੀਆਂ ਵੀ ਰਹਿਣੀਆਂ ਚਾਹੀਦੀਆਂ। ਬਹੁਤ ਖੂਬਸੂਰਤ, ਬਹੁਤ ਧੰਨਵਾਦ ਤੁਹਾਡਾ ਮੈਡਮ ਰਾਜ। ਥੈਂਕ ਯੂ ਜੀ।